ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਦੋਵੇਂ ਜਣੇ ਫਿਰ ਤੋਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਬਾਕੀ ਦੀ ਗੱਲ ਫਿਰ ਦੱਸਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਠੀਕ ਠਾਕ ਹੋ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ। ਬਾਕੀ ਦੀ ਗੱਲ ਜਿਹੜੀ ਮੈਂ ਕਿਹਾ ਸੀ ਬਾਅਦ 'ਚ ਦੱਸਦੇ ਹਾਂ, ਉਹ ਬਹੁਤ ਖਾਸ ਗੱਲਬਾਤ ਹੈ। ਐਕਚੁਲੀ ਨਹੀਂ, ਅਸਲ ਦੇ ਵਿੱਚ, ਕਿਉਂਕਿ ਅਸੀਂ ਹਮੇਸ਼ਾ ਵੀਕਐਂਡ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਖਾਸ ਵੀਕਐਂਡ ਦਾ ਨਹੀਂ, ਹਫ਼ਤਾਵਾਰੀ, ਸੌਰੀ, ਮਾਫ਼ ਕਰਨਾ, ਜਿਹੜਾ ਹਫ਼ਤਾਵਾਰੀ ਪ੍ਰੋਗਰਾਮ ਹੈ ਉਹਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਮੇਸ਼ਾ ਇੱਕ ਖਾਸ ਸ਼ਖਸੀਅਤ ਸਾਡੇ ਨਾਲ ਇੱਥੇ ਹਾਜ਼ਰ ਹੁੰਦੀ ਹੈ, ਤੇ ਅੱਜ ਦਾ ਇਹ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਖਾਸ ਹੈ। ਤੇ ਅੱਜ ਦੀ ਖਾਸੀਅਤ ਵੀ ਸਰਦਾਰ ਸਵਰਨ ਸਿੰਘ ਟਹਿਣਾ ਦੱਸਦੇ। ਦੇਖੋ, ਗੱਲ ਤਾਂ ਹਰਮਨ ਜੀ ਇਹ ਆ ਕਿ ਮੈਂ ਅੱਗੇ ਵੀ ਕਹਿਣਾ ਹੁੰਦਾ ਨਾ ਕਿ ਚੰਦ ਦੇ ਥੱਲੇ ਚੰਦ ਲਿਖਣ ਦੀ ਲੋੜ ਨਹੀਂ ਪੈਂਦੀ। ਹੁਣ ਤਾਂ ਯਾਦ ਹੋ ਗਿਆ ਮੈਨੂੰ, ਇਹ ਗੱਲ ਯਾਦ ਹੋ ਗਈ ਨਾ, ਤੇ ਇਹ ਗੱਲ ਇਸ ਕਰਕੇ ਯਾਦ ਹੋਈ ਆ ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਖਸੀਅਤਾਂ ਸੱਜਣ ਸੁਹੇਲੜੇ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ ਨਾ ਬਸ ਸਾਰੀਆਂ ਜਿਹੜੀ ਵਿਸ਼ੇਸ਼ਣ ਅਲੰਕਾਰ ਸਮਾਪਤੀ ਹੋ ਜਾਂਦੀ ਹੈ, ਸ਼ਬਦ ਬਾਉਣੇ ਪੈ ਜਾਂਦੇ ਆ, ਹੈ ਨਾ। ਤੇ ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਨਾ ਦੋਸਤੋ ਇੱਕ ਇਹੋ ਜਿਹਾ ਫਨਕਾਰ, ਇੱਕ ਇਹੋ ਜਿਹਾ ਕਲਾਕਾਰ ਪਹੁੰਚਿਆ। ਮੈਂ ਕੀ ਕਹਾਂ ਤੇ ਕੀ ਨਾ ਕਹਾਂ। ਅਸਲ ਦੇ ਵਿੱਚ ਨਾ ਜਦੋਂ ਮੈਂ ਉਹਨਾਂ ਦਾ ਨਾਂ ਲੈਂਦਾ, ਜਦੋਂ ਮੈਂ ਉਹਨਾਂ ਭਰਾਵਾਂ ਦਾ ਜ਼ਿਕਰ ਕਰਦਾ, ਤਾਂ ਮੈਂ ਨਾ ਆਪਣੇ ਅੰਦਰ ਇੱਕ ਵੱਖਰੀ ਊਰਜਾ ਮਹਿਸੂਸ ਕਰਦਾ। ਮੈਨੂੰ ਲੱਗਦਾ ਵੀ ਇਸ ਤੋਂ ਬਾਅਦ ਆ ਨਾ ਜਿਹੜੀ ਉਹ ਗੱਲ ਕੀ ਕਹਾਂ ਤੇ ਕੀ ਨਾ। ਹਾਂ, ਜਦੋਂ ਭਰਾਵਾਂ ਦੀ ਗੱਲ ਆ ਗਈ ਤੇ ਮੈਨੂੰ ਲੱਗਦਾ ਕਿ ਥੋੜੀ ਬਹੁਤ ਇੰਡੀਕੇਸ਼ਨ, ਥੋੜਾ ਬਹੁਤ ਇਸ਼ਾਰਾ ਜਿਹੜਾ ਉਹ ਮਿਲ ਹੀ ਜਾਂਦਾ। ਬਿਲਕੁਲ, ਇਸ਼ਾਰਾ ਮਿਲ ਜਾਂਦਾ। ਤੇ ਹੱਲੂਵਾਲ ਤੋਂ ਸ਼ੁਰੂ ਹੋ ਕੇ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪਣੇ ਬੋਲਾਂ ਦੇ ਨਾਲ, ਆਪਣੀ ਸੋਚ ਦੇ ਨਾਲ, ਆਪਣੀ ਪਹੁੰਚ ਦੇ ਨਾਲ, ਆਪਣੀ ਲਿਆਕਤ ਦੇ ਨਾਲ, ਆਪਣੀ ਸ਼ਬਦ ਚੋਣ ਦੇ ਨਾਲ ਜਿਹੜਾ ਮਾਣ ਸਨਮਾਨ ਹਾਸਲ ਕੀਤਾ ਨਾ, ਉਹੋ ਜਿਹੀਆਂ ਉਦਾਹਰਨਾਂ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਘੱਟ ਮਿਲਦੀਆਂ। ਪਿਛਲੇ ਦਿਨੀ ਜਦੋਂ ਅਸੀਂ ਮਨਮੋਹਨ ਵਾਰਸ ਭਾਈ ਦੇ ਨਾਲ ਗੱਲਬਾਤ ਕੀਤੀ ਸੀ ਨਾ, ਤੇ ਇੰਨੇ ਕੁ ਵਧੀਆ ਕਮੈਂਟ ਜਿਹਨੂੰ ਤੁਸੀਂ ਕਹਿੰਦੇ, ਮੈਂ ਕਹਿੰਦਾ ਉਹਨਾਂ ਪ੍ਰਤੀਕਿਰਿਆ ਹੈ ਨਾ ਆਈ ਹੈ ਨਾ, ਉਹ ਬਾ ਕਮਾਲ ਸੀਗੀ। ਸਭ ਨੇ ਇਹ ਗੱਲ ਕਹੀ ਬਈ ਤੁਸੀਂ ਸੰਗਤਾਰ ਹੋਰਾਂ ਨੂੰ ਵੀ ਸੱਦੋ, ਤੁਸੀਂ ਕਮਲ ਹੀਰ ਹੋਰਾਂ ਨੂੰ ਵੀ ਸੱਦੋ, ਕਿਉਂਕਿ ਨਾ ਉਹ ਜਿਹੜੇ ਤਿੰਨਾਂ ਹੀ ਭਰਾ ਇੱਕ ਦੂਜੇ ਦੇ ਪੂਰਕ, ਪੰਜਾਬੀ ਵਿਰਸਾ ਤੇ ਤਿੰਨੇ ਭਰਾ ਇੱਕ ਦੂਜੇ ਦੇ ਪੂਰਕ, ਤੇ ਅੱਜ ਅਸੀਂ ਉਹਨਾਂ ਦਰਸ਼ਕਾਂ ਦੀ ਉਮੀਦ ਆ ਜਿਹੜੀ ਸਾਡੇ ਤੁਸੀਂ ਉਹਨੂੰ ਪੂਰਾ ਕਰਨ ਜਾ ਰਹੇ ਹਾਂ। ਇਹਨਾਂ ਨੇ ਸਾਡੀਆਂ ਆਸਾਂ ਨੂੰ ਬੂਰ ਲਾਇਆ, ਅਸੀਂ ਗਾਂਹ ਲਾ ਦੇਣਾ, ਹੈ ਨਾ। ਤੇ ਹਰਮਨ ਜੀ, ਮੈਂ ਨਾ ਅੱਜ ਮੇਰੇ ਦਿਲੋਂ, ਮੈਂ ਜਿਵੇਂ ਪਹਿਲਾਂ ਗੱਲ ਕਹੀ ਹੈ ਨਾ, ਅੰਦਰ ਮੇਰਾ ਰੁਮ ਕਰਿਆ, ਮੇਰੇ ਮਨ ਦਾ ਮੋਰ ਨਾ ਜੇ ਪਹਿਲਾਂ ਪਾਉਂਦਾ ਅਸਲ ਵਿੱਚ, ਹੈ ਨਾ। ਤੇ ਮੈਨੂੰ ਲੱਗਦਾ ਵੀ ਯਾਰ ਮੈਂ ਕਿਵੇਂ ਗੱਲ ਕਰਾਂ ਤੇ ਕਿਵੇਂ ਛੇੜਾਂ ਤੇ ਕਿੱਥੇ ਪਹੁੰਚਾਵਾਂ, ਹੈ ਨਾ। ਚਲੋ ਆਪਾਂ ਨਾ ਖੁਲਾਸਾ ਕਰਦੇ ਪਹਿਲਾਂ ਵੀ ਉਹ ਸ਼ਖਸੀਅਤ ਆ ਜਿਹੜੀ, ਉਹ ਨੌਜਵਾਨ, ਉਹ ਪੰਜਾਬੀ ਗਾਇਕੀ ਦਾ ਅਲੰਬਰਦਾਰ ਕਹਿਣਾ ਮੈਂ, ਕਿਉਂਕਿ ਜਿਹੜੇ ਵੀ ਚੰਗੀ ਸੁਥਰੀ ਸੋਚ ਵਾਲੇ ਕਲਾਕਾਰ ਆ ਨਾ, ਮੈਂ ਉਹਨਾਂ ਨੂੰ ਲੱਖ ਵਾਰ ਸਲਾਮ ਕਰਦਾ। ਤੇ ਜਦੋਂ ਭਾਈਚਾਰਕ ਏਕਤਾ ਦੀ ਗੱਲ ਹੁੰਦੀ ਹੈ ਨਾ, ਤਾਂ ਫਿਰ ਤਾਂ ਮੇਰਾ ਨਾ ਅੰਦਰਾ ਵਜਦ ਦੇ ਵਿੱਚ ਆ ਜਾਂਦਾ। ਬਿਲਕੁਲ, ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਅੱਜ ਤੱਕ ਕੋਈ ਉਲਾਮਾ ਨਹੀਂ ਖੱਟਿਆ। ਉਲਾਮਾ ਖੱਟਿਆ ਨਹੀਂ, ਉਹ ਕਿਉਂ ਨਹੀਂ ਖੱਟਿਆ, ਇੱਕ ਇਹ ਵੀ ਗੱਲ ਹੈ, ਜਿਹੜਾ ਇਨਸਾਨ ਸਾਹਿਤ ਦਾ ਨਾਲ ਜਿਹੜੀ ਮਸ ਰੱਖੂਗਾ, ਜਿਹੜਾ ਇਨਸਾਨ ਜੇ ਸੌਣ ਲੱਗਾ ਤਾਂ ਉਹਦੇ ਸਿਰਹਾਣੇ ਕਿਤਾਬ ਹੋਊਗੀ, ਤੇ ਜੇਕਰ ਜਾਗਦਾ ਤਾਂ ਉਹਦੇ ਹੱਥ ਦੇ ਵਿੱਚ ਕਿਤਾਬ ਹੋਊਗੀ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਕਿ ਜਿਵੇਂ ਸਿਰਫ ਕੱਪੜੇ ਨੂੰ ਧੋਦੀ ਹੈ ਨਾ, ਉਵੇਂ ਸਾਹਿਤ ਇਨਸਾਨ ਨੂੰ ਅੰਦਰੋਂ ਧੋ ਦਿੰਦਾ। ਗੱਲ ਆਪਾਂ ਕਰਨ ਲੱਗੇ ਹਾਂ ਕਮਲ ਹੀਰ ਹੋਰਾਂ ਦੀ। ਪਹਿਲਾਂ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ ਜੀ ਹਰਮਨ ਜੀ, ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ, ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਪਿਆਰਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਮਨ ਖਟਕਰ ਹੋਰਾਂ ਨੂੰ ਵੀ, ਕਿਉਂਕਿ ਬਹੁਤ ਜ਼ਿਆਦਾ ਉਹਨਾਂ ਨੇ ਇਹ ਕੋਸ਼ਿਸ਼, ਬਹੁਤ ਜ਼ਿਆਦਾ ਉਹਨਾਂ ਦੀ ਵੱਡੀ ਹੈਗੀ ਹੈ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਇੰਨਾ ਜ਼ਿਆਦਾ ਪ੍ਰਫੁੱਲਿਤ ਕਰ ਰਹੇ ਆ। ਧੰਨਵਾਦ ਤੁਹਾਡਾ ਵੀ, ਬਹੁਤ ਮੈਂ ਖੁਸ਼ਨਸੀਬ ਮਹਿਸੂਸ ਕਰ ਰਿਹਾ ਅੱਜ ਇੱਥੇ ਆ ਕੇ, ਬਹੁਤ ਚੰਗਾ ਲੱਗੂਗਾ ਗੱਲਾਂ ਕਰਕੇ। ਅਸਲ ਦੇ ਵਿੱਚ ਨਾ ਸਾਡਾ ਬੜਾ ਦਿਲ ਕਰਦਾ ਸੀਗਾ, ਤੇ ਸਾਨੂੰ ਨਾ ਜਿਹੜੇ ਸਾਡੇ ਦਰਸ਼ਕ ਨੇ ਉਹ ਲਗਾਤਾਰ ਗੱਲ ਕਹਿ ਰਹੇ ਸੀ ਵੀ ਲਿਆਓ, ਛੇਤੀ ਲਿਆਓ, ਛੇਤੀ ਲਿਆਓ, ਕੁੱਟਣਾ ਇੱਥੇ, ਇੱਦਾਂ ਵੀ ਹੁੰਦਾ ਉਹ ਲੈ ਕੇ ਆਓ ਇਹ ਉਹਨੂੰ। ਨਹੀਂ, ਅੱਜ ਨਾ ਅਸਲ ਦੇ ਵਿੱਚ ਤੁਹਾਡੀਆਂ ਗੱਲਾਂ, ਹਾਂਜੀ, ਤੁਹਾਡੀਆਂ ਗਾਇਕੀ, ਤੁਹਾਡੀਆਂ ਹਾਸੇ ਠੱਠੇ ਵਾਲੀਆਂ ਗੱਲਾਂ, ਉਹ ਮੈਨੂੰ ਪਤਾ ਵੀ ਜਦੋਂ ਮੈਂ ਸੁਣਦਾ ਮੈਂ ਤਾਂ ਸਵਾਦ ਗੜੂੰਦ ਹੁੰਦਾ ਹੀ ਆ। ਅੱਜ ਸਾਰਿਆਂ ਨੂੰ ਹੀ ਕਰਨਾ ਆਪਾਂ ਜ਼ਰੂਰ। ਕਮਲ ਭਾਜੀ ਨਾ, ਅਸੀਂ ਇਸ ਮੁਲਾਕਾਤ ਦੇ ਵਿੱਚ ਅੱਜ ਦਾ ਵਿਚਾਰ ਦੇ ਵਿੱਚ ਆਮ ਤੌਰ 'ਤੇ ਗੱਲਾਂ ਹੁੰਦੀਆਂ ਨਾ ਕਲਾਕਾਰਾਂ ਦੇ ਨਾਲ, ਤੁਸੀਂ ਕਦੋਂ ਪੈਦਾ ਹੋਏ, ਹੈ ਤੁਹਾਨੂੰ ਗਾਇਕੀ ਦੀ ਚੇਟਕ ਕਿਵੇਂ ਲੱਗੀ, ਫਿਰ ਜਵਾਬ ਵੀ ਉਹੀ ਹੁੰਦੇ ਆ ਨਾ, ਹੈਨਾ, ਦੂਣੀ ਦੇ ਪਹਾੜੇ ਵਾਂਗੂ ਕਿ ਮੈਨੂੰ ਏਦਾਂ ਚੇਟਕ ਲੱਗ ਗਈ, ਮਾਸਟਰ ਫਲਾਣਾ ਸਿੰਘ ਜੀ ਨੇ ਮੈਨੂੰ ਪ੍ਰੇਰਿਤ ਕੀਤਾ, ਫਿਰ ਮੈਂ ਬਾਲ ਸਭਾ 'ਚ ਗਾਇਆ, ਫਲਾਣਾ ਮੇਰੇ ਸੁਪਨੇ 'ਚ ਆਇਆ, ਆਪਣੇ ਕੋਲੋਂ ਕਈਆਂ ਨੇ ਬਣਾਈਆਂ ਹੁੰਦੀਆਂ ਉਹ ਜਿਹੜੀਆਂ ਚੰਗੀਆਂ ਲੱਗਣ। ਪਰ ਨਾ ਅਸੀਂ ਇਹਦੇ ਵਿੱਚ ਉਹ ਰਸਮੀ ਗੱਲਾਂ ਦੇ ਨਾਲੋਂ, ਕਿਉਂਕਿ ਇਹ ਉਦੋਂ ਗੱਲਾਂ ਹੁੰਦੀਆਂ ਜਦੋਂ ਬੰਦਾ ਨਵਾਂ ਹੋਵੇ, ਤੁਹਾਡਾ ਤਾਂ ਇੰਨਾ ਵਿਸ਼ਾਲ ਤਜਰਬਾ ਹੋ ਗਿਆ, ਹੈਨਾ, ਕਮਾਲ ਆ ਬਸ। ਤੇ ਇਹ ਦੱਸੋ ਕਿ ਜਿਹੜਾ ਕਮਲੀ ਕਮਲੀ ਤੋਂ ਲੈ ਕੇ ਤੇ ਹੁਣ ਤੱਕ ਦਾ ਜਿਹੜਾ ਪੰਜਾਬੀ ਵਿਰਸਾ ਤੱਕ ਦਾ ਸਫ਼ਰ ਜਿਹੜਾ ਤੁਸੀਂ ਪਿੱਛੇ ਜਿਹਾ ਕੀਤਾ ਸੀਗਾ, ਇਹ ਸਾਰਾ ਸਫ਼ਰ ਆ ਜਿਹੜਾ ਉਹ ਤੁਹਾਨੂੰ ਕਿਵੇਂ ਲੱਗਦਾ, ਕੀ ਸ਼ਬਦਾਂ ਦੇ ਵਿੱਚ ਪਰੋਣਾ ਚਾਹੋਗੇ? ਜੇ ਤੁਸੀਂ ਸੱਚ ਪੁੱਛੋ, ਜਿਹੜਾ ਕਮਲੀ ਕਮਲੀ ਗੀਤ ਆ ਨਾ, ਉਹ ਮੇਰੇ ਬਹੁਤ ਜ਼ਿਆਦਾ ਦਿਲ ਦੇ ਕਰੀਬ ਗੀਤ ਆ। ਉਹ ਗੀਤ
ਇੱਕ ਅਸਫਲ ਦਿਨ ਸੀਗੇ ਮੇਰੇ, ਉਹ ਮੇਰੇ ਇੱਕ ਭਰਾਵਾਂ ਨੇ ਮੈਨੂੰ ਹੱਲਾ ਸ਼ੇਰੀ ਨਾਲ ਦਿੱਤੀ। ਮੈਂ ਇੱਕ ਹੈਮਲੇਟ ਸ਼ੇਕਸਪੀਅਰ ਦਾ ਪਲੇਅ ਹੈਗਾ, ਉਹਦੇ 'ਚ ਨਾ ਇੱਕ ਆਉਂਦੀਆਂ ਲਾਈਨਾਂ, ਉਹ ਹੈ ਕਿ ਟੂ ਡਾਏ ਟੂ ਸਲੀਪ, ਟੂ ਸਲੀਪ ਪਰ ਚਾਂਸ ਟੂ ਡਰੀਮ, ਟੂ ਬੀ ਔਰ ਨਾਟ ਟੂ ਬੀ ਦੈਟ ਇਜ਼ ਦਾ ਕੁਐਸਚਨ। ਉਹ ਮੇਰੇ ਨਾ ਦਿਮਾਗ 'ਚ ਰਹਿੰਦੀਆਂ ਸੀ ਗੱਲਾਂ ਕਿ ਜੇ ਸੁਪਨਾ ਨੀਂਦ ਆਈ ਤਾਂ ਸੁਪਨਾ ਆਉਣ ਦਾ ਚਾਂਸ ਹੈਗਾ, ਜੇ ਨੀਂਦ ਨਾ ਆਈ ਫਿਰ ਸੁਪਨਾ ਵੀ ਨਹੀਂ ਆਉਣਾ। ਉਹ ਮੇਰੇ ਦਿਮਾਗ 'ਚ ਚੀਜ਼ਾਂ ਜਿਸ ਤਰ੍ਹਾਂ ਘੁੰਮਦੀ ਰਹਿੰਦੀ, ਕੋਈ ਚੀਜ਼ ਜ਼ਿਆਦਾ ਚੰਗੀ ਲੱਗਦੀ ਹੈ। ਉਹ ਫਿਰ ਮੈਂ ਇੱਕ ਵਾਰੀ ਸਾਦਿਕ ਸਾਹਿਬ ਨੇ ਲਿਖਿਆ ਕਿ ਸਾਰੀ ਸਾਰੀ ਰਾਤ ਯਾਦਾਂ ਤੇਰੀਆਂ ਸਤਾਉਂਦੀਆਂ, ਸੁਪਨੇ ਤਾਂ ਕੀ ਸਾਨੂੰ ਨੀਂਦਰਾਂ ਨਹੀਂ ਆਉਂਦੀਆਂ, ਸਾਰੀ ਰਾਤ ਤੜਫਦਿਆਂ ਲੰਘ ਜਾਂਦੀ, ਕਦੀ ਇਸ਼ਕ ਦੇ ਮਾਰੇ ਨਹੀਂ ਸੌਂਦੇ। ਪਹਿਲਾਂ ਇਹ ਕਮਲੀ ਕਮਲੀ ਟੇਪ ਦੇ ਵਿੱਚ ਆਇਆ ਸੀ, ਉਸ ਤੋਂ ਬਾਅਦ ਫਿਰ ਸਾਦਿਕ ਸਾਹਿਬ ਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਕਿ ਤੁਸੀਂ ਇਹਦੇ ਲਈ ਕੁਛ ਸ਼ੇਅਰ ਲਿਖੋ। ਇਸ਼ਕ ਸੱਜਣ ਦੇ ਕਮਲੀ ਕੀਤਾ ਰਹੇ ਨਾ ਹੋਸ਼ ਟਿਕਾਣੇ, ਦਿਨ ਦਾ ਚੈਨ ਤੇ ਰਾਤ ਦੀ ਨੀਂਦਰ, ਖੁੱਸ ਗਿਆ ਖਸਮਾ ਖਾਣੇ, ਹੁਣ ਤੇ ਮਰਦੇ ਦਮ ਤੱਕ ਸਾਦਿਕ ਯਾਰ ਦੇ ਦਰਦ ਹਟਾਉਣੇ। ਕੁਛ ਸ਼ੇਅਰ ਮੰਗਲ ਹਠੂਰ ਜੀ ਨੇ ਲਿਖੇ, ਕੁਛ ਸ਼ੇਅਰ ਮਲਕੀਤ ਮੀਤ ਨੇ, ਉਹਨੂੰ ਗੀਤ ਨੂੰ ਬਦਲ ਦਿੱਤਾ ਤੇ ਉਸ ਗੀਤ ਨੇ ਵੀ ਮੇਰੀ ਜ਼ਿੰਦਗੀ ਬਦਲ ਦਿੱਤੀ। ਉਹ ਮੈਂ 2004 'ਚ ਗਾਇਆ ਸੀ ਤੇ ਉੱਥੋਂ ਉਹ ਮੇਰੀ ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਜਿਹਦੇ ਪਿੱਛੇ ਹੋ ਗਿਆ ਸ਼ਦਾਈ ਦਿਲਾ ਮੇਰਿਆ, ਦਵਿੰਦਰ ਖੰਨੇ ਵਾਲਾ ਮੇਰੇ ਵੱਡੇ ਵੀਰ, ਉਹਨਾਂ ਦੇ ਗੀਤ। ਤੇ ਭਾਅ ਜੀ ਨੇ ਆਖਿਆ ਕਿ ਜਿਹੜਾ ਗੀਤ ਫਿਰ ਦਵਿੰਦਰ ਖੰਨੇ ਵਾਲੇ ਦਾ ਗੀਤ ਹੋਵੇ, ਸੰਗਤਾਰ ਦਾ ਮਿਊਜ਼ਿਕ ਹੋਵੇ, ਹੁਣ ਨਾ ਜੇ ਤੂੰ ਮਸ਼ਹੂਰ ਹੋਇਆ ਤਾਂ ਹੁਣ ਮੈਂ ਕੁਛ ਨਹੀਂ ਕਰ ਸਕਦਾ। ਪਰ ਇਹ ਮੇਰੇ ਭਰਾਵਾਂ ਦੀ ਹੱਲਾ ਸ਼ੇਰੀ ਸੀ, ਮੇਰੇ ਵਿੱਚ ਉਹੀ ਗਾਉਂਦੇ ਆ ਬਿਲਕੁਲ। ਤੇ ਮੈਂ ਜਿਹੜਾ ਇਹ ਸ਼ੋਹਰਤ ਤਾਂ ਬਹੁਤ ਮਿਲੀ ਆ, ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀਆਂ ਗਲੀਆਂ ਕੂਚਿਆਂ ਦੀਆਂ ਜਾ ਕੇ ਪੰਜਾਬੀ ਜ਼ੁਬਾਨ ਦੀਆਂ ਗੱਲਾਂ ਕੀਤੀਆਂ, ਉਹਨਾਂ ਦੇ ਕਰਕੇ ਹੀ ਆ ਜਿਹੜੇ ਪੰਜਾਬੀ ਮਿਊਜ਼ਿਕ ਨੂੰ ਇਸ ਸਾਫ਼ ਸੁਥਰੀ ਗਾਇਕੀ ਨੂੰ ਪਸੰਦ ਕਰਦੇ ਆ। ਪਰ ਇਹ ਜਿਹੜੀ ਸ਼ੋਹਰਤ ਹੁੰਦੀ, ਮੇਰਾ ਖਿਆਲ ਕੋਈ ਇਹਦਾ ਵੱਡਾ ਮਾਇਨਾ ਨਹੀਂ ਹੁੰਦਾ, ਇਹ ਇੱਕ ਬੁਲਬੁਲਾ ਆ, ਇਹ ਕਦੀ ਵੀ ਖਤਮ ਹੋ ਸਕਦਾ। ਬਸ ਇਹ ਇੱਕ ਵਾਹਿਗੁਰੂ ਦਾ ਹੈ ਕਿ ਬਸ ਸਾਨੂੰ ਇਹ ਪਿਆਰ ਮਿਲਿਆ ਆ, ਇੱਕ ਮੁਹੱਬਤ ਮਿਲੀ ਉਹ ਆ, ਇੱਕ ਜਾਸੀ ਖੱਟਣਾ ਹੁੰਦਾ ਕਿਸੇ ਵਿਅਕਤੀ ਨੇ, ਜਿਹੜੀ ਚੀਜ਼ ਵੀ ਕਿਸੇ ਦੇ ਨਾਂ ਲੱਗਣੀ ਹੁੰਦੀ ਆ ਉਹ ਸਾਡੇ ਨਾਂ ਲੱਗ ਗਈ ਆ। ਤੇ ਅਸੀਂ ਇਸ ਚੀਜ਼ ਨੂੰ ਹੁਣ ਜੰਗ 'ਚ ਘੋੜਾ ਤਾਂ ਬਦਲੀ ਦਾ ਨਹੀਂ, ਮੈਂ ਚਿੱਟੇ ਤਾਂ ਨਹੀਂ ਚੜ੍ਹਨਾ, ਮੈਂ ਕਾਲਾ, ਉਹ ਤਾਂ ਲੜਾਈ ਹੋ ਰਹੀ ਆ। ਸੋ ਜਿਹੜਾ ਇਹ ਸਾਡਾ ਸਫ਼ਰ ਆ ਪੰਜਾਬੀ ਵਿਰਸੇ ਦਾ, ਕਿ ਤਾਣਾ 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 ਜਦ ਤੱਕ ਜ਼ਿੰਦਗੀ ਹੈ ਅਸੀਂ ਵਿਰਸਾ ਪੰਜਾਬੀ ਗਾਉਣਾ, ਬਸ ਇਹੀ ਸਾਡਾ ਸਫ਼ਰ ਆ ਤਿੰਨਾਂ ਵੀਰਾਂ। ਇਹ ਨਾ ਅਸਲ ਦੇ ਵਿੱਚ ਜਿਹੜੇ ਤੁਹਾਡੇ ਸੰਗੀਤ ਦੇ ਜਿਹੜੇ ਪੀਸ ਹੈਗੇ ਆ ਤੁਹਾਡੇ ਗਾਣੇ, ਟਣਦਾ ਟਣ 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 ਆ ਲੋ ਆ ਗਿਆ ਕੰਠਾ, ਕਿਉਂਕਿ ਉਹ ਲਾਈਵ ਆ ਸਾਡਾ ਸਾਰਾ ਕੁਝ। ਇਸ ਲਾਈਵ ਦੇ ਵਿੱਚ ਇਹ ਮੇਰੇ ਵੀਰਾਂ ਦੀ ਇੱਕ ਸੋਚ ਸੀਗੀ, ਕਹਿੰਦੇ ਅਸੀਂ ਹੋਰ ਤਰੀਕੇ ਨਾਲ ਮਸ਼ਹੂਰ ਹੋਏ ਹਾਂ, ਅਸੀਂ ਤੈਨੂੰ ਹੋਰ ਤਰੀਕੇ ਨਾਲ ਮੋਹਰੇ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਤੂੰ ਨਾ ਲਾਈਵ ਦਿਖਾ, ਤੂੰ ਲਾਈਵ ਕੀ ਆ। ਤੇ ਮੈਂ ਜਦੋਂ ਗਾਣਾ ਤੇ ਮੇਰੀ ਵੱਡੇ ਵੀਰ ਜੀ ਨੇ ਆਵਾਜ਼ ਰਾੜਨੀ ਤੇ ਉਹਨਾਂ ਨੇ ਹੱਸ ਕੇ ਕਹਿਣਾ ਤੈਨੂੰ ਮੇਰੇ ਵਾਂਗੂ ਗਾ ਰਿਹਾ, ਤੈਨੂੰ ਲੋਕ ਕਿਉਂ ਸੁਣਨਗੇ, ਸੈਕਿੰਡ ਬੈਸਟ ਨਹੀਂ ਬਣੀਦਾ, ਤੂੰ ਕੁਛ ਤੂੰ ਮੇਰੇ ਵਾਂਗੂ ਨਾ ਗਾ। ਤੇ ਮੈਂ ਉਹ ਕੋਸ਼ਿਸ਼ ਕਰ ਕਰਕੇ ਆਪਣੇ 'ਚ ਹੋਰ ਚੀਜ਼ਾਂ ਐਡ ਕੀਤੀਆਂ, ਜਿਹੜਾ ਮੇਰਾ ਨੱਚਣਾ ਆ ਜਾਂ ਗਾਉਣਾ ਆ, ਮੇਰੇ ਕੋਲ ਹਾਸੇ ਠੱਠੇ ਆ, ਉਹ ਵੀਰ ਜੀ ਸਿੰਪਲ ਗਾਉਂਦੇ ਨੇ, ਪਰ ਮੈਨੂੰ ਇਹ ਚੀਜ਼ਾਂ ਨਾਲ ਗੁੱਲ ਫੁੱਲ ਲਗਾ ਕੇ ਫਿਰ ਮੈਂ ਉਹਨਾਂ ਤੱਕ ਪਹੁੰਚਦਾ ਹਾਂ। ਉਹਨਾਂ ਨੂੰ ਕਿਸੇ ਚੀਜ਼ ਦੀ ਆਭੂਸ਼ਣ ਕੀ ਚਾਂਦ ਕੋ ਕਿਆ ਜ਼ਰੂਰਤ, ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਹ ਫਿਰ ਵੀ ਮੇਰੇ ਤੋਂ ਮੇਰੇ ਨਾਲ ਸੋਹਣਾ ਕਰੀ ਜਾਂਦੇ ਆ, ਫਿਰ ਮੈਂ ਉਹਨਾਂ ਚੀਜ਼ਾਂ ਨੂੰ ਨਾਲ ਲਗਾ ਕੇ ਉਹਨਾਂ ਦੇ ਬਰਾਬਰ ਚੱਲਦਾ ਭਰਾਵਾਂ ਦੇ। ਅਸਲ ਦੇ ਵਿੱਚ ਨਾ ਹਰਮਨ ਜੀ ਜਦੋਂ ਮਨਮੋਹਨ ਵਾਰਸ ਭਾਜੀ ਆਏ ਸੀਗੇ, ਉਹਨਾਂ ਦੀਆਂ ਗੱਲਾਂ ਭਾਜੀ ਇੰਨੀਆਂ ਕੁ ਊਰਜਾਵਾਨ ਸੀਗੀਆਂ, ਉਹ ਨਾ ਜਦੋਂ ਮੈਂ ਹੁਣ ਸੋਚਦਾ ਵੀ ਉਹਨਾਂ ਨੇ ਸਾਨੂੰ ਪੰਜਾਬੀ ਵਿਰਸੇ ਬਾਰੇ, ਪਲਾਜ਼ਮਾ ਰਿਕਾਰਡ ਬਾਰੇ, ਤੁਹਾਡੇ ਗਾਇਕੀ ਸਫ਼ਰ ਦੀ ਸ਼ੁਰੂਆਤ ਬਾਰੇ, ਸੰਗਤਾਰ ਬਾਰੇ ਬਹੁਤ ਕੁਝ ਦੱਸਿਆ ਇਹੋ ਜਿਹਾ, ਉਹ ਅਸਲ ਦੇ ਵਿੱਚ ਜਿਹੜੇ ਜਿਹੜੇ ਵੀ ਸੱਜਣਾਂ ਨੇ ਸੁਣਿਆ ਉਹਨਾਂ ਨੂੰ ਇਹ ਲੱਗਾ ਵੀ ਇਹ ਸਾਡਾ ਇੱਕ ਮਾਰਗ ਦਰਸ਼ਨ ਵੱਖਰੇ ਤਰੀਕੇ ਦਾ ਹੋਇਆ। ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ ਕਮਲ ਭਾਜੀ, ਜਦੋਂ ਨਾ ਟੜਦਾ ਟਾਟਾ ਟਾਟਾ ਆਈ ਹੈ ਨਾ, ਮੇਰਾ ਦਿਲ ਕੀਤਾ ਵੀ ਕਿਉਂ ਨਾ ਉਹ ਗਾਣਾ ਵੀ ਹੋ ਜਾਵੇ ਫਿਰ, ਹੈ ਨਾ। ਉਹ ਜਿਹੜਾ ਗਾਣਾ ਸੀਗਾ ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਉਹ ਜਿਹੜਾ ਗਾਣਾ ਇੰਨਾ ਕੁ ਮਕਬੂਲ ਹੋ ਗਿਆ ਵੀ ਮੈਨੂੰ ਨਹੀਂ ਜਾਪਦਾ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਪੰਜਾਬੀ ਬੈਠਾ
ਉਹਨੇ ਸੁਣਿਆ ਨਾ ਹੋਵੇ, ਤੇ ਜੇਕਰ ਨਹੀਂ ਸੁਣਿਆ ਤਾਂ ਮੈਂ ਸੋਚਦਾ ਉਹ ਸੰਗੀਤ ਪ੍ਰੇਮੀ ਨਹੀਂ ਹੈਗਾ। ਉਹਦੇ ਵਿੱਚ ਤੁਸੀਂ ਬੜੇ ਨਵੇਂ ਰੂਪ ਦੇ ਵਿੱਚ ਨਵੇਂ ਤਜਰਬੇ, ਅੱਜ ਤੱਕ ਉਹ ਵੀਡੀਓ ਨਾ ਜਿਹੜੀ ਉਹ ਇਹ ਜਾਪਦਾ ਵੀ ਕੱਲ ਹੀ ਬਣੀ ਹੈ। ਮੈਂ ਇਹ ਕਹਿਣ ਲੱਗੀ ਸੀ ਵੀ ਉਹ ਗਾਣੇ ਦਾ ਨਾਮ ਲੈਂਦਿਆਂ ਹੀ ਉਹਦਾ ਫਿਲਮਾਂਕਣ ਅੱਖਾਂ ਮੂਹਰੇ ਘੁੰਮਣ ਲੱਗ ਜਾਂਦਾ। ਜਿਹੜਾ ਨਾ ਮਸ਼ਹੂਰ ਗੀਤ ਹਰਮਨ ਜੀ ਹੁੰਦਾ, ਕਿਸੇ ਦਾ ਵੀ ਹੋ ਗਿਆ ਮਸ਼ਹੂਰ ਗੀਤ, ਨਛੱਤਰ ਗਿੱਲ ਦਾ ਹੋ ਗਿਆ, ਗੁੱਸਾ ਨਾ ਕਰੀ ਤੈਨੂੰ ਪਿੱਛੋਂ ਆਵਾਜ਼ ਮਾਰੀ, ਉਹ ਸਾਡਾ ਇੱਕੋ ਹੀ ਦਿਨ ਇਹ ਦੋਨੋਂ ਗਾਣੇ ਚੱਲੇ ਸੀ। ਅੱਛਾ, ਇੱਕੋ ਦਿਨ ਦੂਰਦਰਸ਼ਨ ਤੋਂ ਚੱਲੇ, ਦੋਨੋਂ ਹੀ ਗਾਣੇ ਮਸ਼ਹੂਰ ਹੋ ਗਏ। ਸਤਵਿੰਦਰ ਬੁੱਗਾ ਜੀ ਦਾ ਹੋ ਗਿਆ ਵਿਛੜਨ ਵਿਛੜਨ ਕਰਦੀ, ਉਹ ਕੀ ਆ ਕਿ ਕਲਾਕਾਰ ਵੱਡੇ ਵੀਰ ਜੀ ਦਾ ਉਹਨਾਂ ਨੇ ਤਾਂ ਬਹੁਤ ਕੱਲੀ ਬਹਿ ਕੇ ਸੋਚੀ ਆ, ਫਿਰ ਦੋ ਤਾਰਾ ਵੱਜਦਾ, ਗਹਿਰਾਂ ਨਾਲ ਪੀਂਘਾਂ ਝੂਟ ਦੀਏ, ਫਿਰ ਆ ਜਾ ਭਾਬੀ ਝੂਟ ਲੈ, ਹੈਂ। ਤੇ ਗੱਲ ਕੀ ਆ ਕਿ ਜਿਹੜਾ ਗਾਣਾ ਮਸ਼ਹੂਰ ਹੋ ਗਿਆ ਨਾ, ਉਹਦੇ ਨਾਲ ਇੱਕ ਕਲਾਕਾਰ ਨੂੰ ਇੱਕ ਪਲੇਟਫਾਰਮ ਮਿਲ ਜਾਂਦਾ ਆ, ਉਹਦੇ ਨਾਲ ਹੁਣ ਤੁਸੀਂ, ਕਿਉਂਕਿ ਫਨ ਕੋਈ ਵੀ ਹੈ ਨੁਮਾਇਸ਼ ਜ਼ਰੂਰੀ ਹੈ, ਅਗਰ ਸਜਾ ਨਾ ਸਕੋ ਤਾਂ ਦੁਕਾਨ ਮਤ ਖੋਲੋ ਕਹਿੰਦੇ ਨਾ, ਉਹ ਜ਼ਰੂਰਤ ਹੁੰਦੀ ਆ ਲੋਕਾਂ ਤੱਕ ਪਹੁੰਚਾਉਣ ਦੀ, ਉਹ ਚੀਜ਼ ਪਹੁੰਚ ਜਾਵੇ ਲੋਕਾਂ 'ਚ। ਸੋ ਜਿਸ ਵੇਲੇ ਬੰਦਾ ਮਸ਼ਹੂਰ ਹੋ ਜਾਂਦਾ ਆ, ਗਾਣਾ ਇੱਕ ਮਸ਼ਹੂਰ ਹੋ ਜਾਂਦਾ, ਫਿਰ ਉਹਦੇ ਲਈ ਉਹਨੂੰ ਉਹ ਪਲੇਟਫਾਰਮ ਮਿਲ ਜਾਂਦਾ ਜਿੱਥੇ ਉਹ ਘਰੇ ਹੀ ਗਾਉਂਦਾ ਹੁੰਦਾ, ਹੋਰ ਉਹ ਹਜ਼ਾਰਾਂ ਲੋਕਾਂ ਨੂੰ ਗੱਲ ਕੋਈ ਕਰੇਗਾ ਤਾਂ ਉਹਨੂੰ ਹੁਣ ਉਹ ਸੁਣਨਗੇ, ਫਿਰ ਉਹਦੇ 'ਤੇ ਆ ਕੇ ਮੁਨਸਰ ਕੇ ਉਹਨੇ ਕਿਹੜੀ ਚੀਜ਼ ਕਿੱਦਾਂ ਕਰਨੀ ਆ ਗੱਲ, ਜੇ ਬੁਰੀ ਕਰੇਗਾ ਤਾਂ ਉਹਦਾ ਉਦਾਂ ਦਾ ਇੱਕ ਇਮੇਜ ਬਣ ਜਾਂਦਾ ਹੈ ਵਿਅਕਤੀ ਦਾ, ਜਿਹੜਾ ਬੰਦਾ ਚੰਗੀ ਸੇਧ ਦੇਣ ਵਾਲਾ ਉਹਦੇ ਨਾਲ ਫਿਰ ਚੰਗੇ ਜੁੜ ਜਾਂਦੇ। ਕੈਂਠੇ ਵਾਲਾ ਫਿਰ ਉਹਦੇ ਬੋਲ ਵੀ ਹੋ ਜਾਂਦੇ, ਕੁੜੀਏ ਨੀ ਸੱਗੀ ਫੁੱਲ ਵਾਲੀਏ, ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਧਰਤੀ ਨੂੰ ਫੁੱਲ ਜਾਣ ਲੱਗਦੇ, ਅੱਬ ਰੱਖੇ ਜਿਹੜੀ ਜਿਹੜੀ ਥਾਂ। ਬਹੁਤ ਸਾਰੇ ਗੀਤ ਨਾ ਜਿਹੜੇ ਕਮਲ ਭਾਜੀ ਤੁਹਾਡੇ, ਉਹਦੇ ਵਿੱਚ ਜਦੋਂ ਤੁਸੀਂ ਸਰਗਮਾ ਲੈਂਦੇ ਹੋ, ਸਾਰੇ ਤੇਰੇ ਸਰਗਮ ਪਾ ਦਵਾਂ ਪਾਵਾਂ ਕੰਮ ਪਤਾ ਪਾਵਾਂ ਕੰਮ ਕਰੇ ਜਾਗੇ ਦਿਨੇ ਥਾਂ ਥਾਂ, ਕੁੜੀਏ ਨੀ ਸੱਗੀ ਫੁੱਲ, ਉਹ ਕਿਹੜਾ ਬਣਾਉਣ ਜਾਣਾ, ਇਹ ਲਾਈਵ ਚੀਜ਼ ਹੀ ਐਸੀ ਆ, ਜੇ ਇੱਕ ਸਰਗਮ ਬਣਾ ਲਏ ਨਾ ਉਹ ਤੁਸੀਂ ਉਹਦੇ 'ਤੇ ਅੜੀ ਜਾਓਗੇ। ਤੇ ਮੇਰੀ ਇੱਕ ਤਾਲੀਮ ਮੇਰੇ ਭਰਾਵਾਂ ਨੇ ਇਸ ਤਰ੍ਹਾਂ ਕੀਤੀ ਕਿ ਕਿਸੇ ਵੀ ਤਾਲ 'ਚ ਹੋਵੇ, ਇਹਨੂੰ ਮੈਂ ਰੂਪਕ 'ਚ ਲੈਣਾ, ਇਹਨੂੰ ਮੈਂ ਦਾਦਰੇ, ਕਿਸੇ ਵੀ ਹੋਰ ਤਾਲ 'ਚ ਲੈਣਾ, ਕਿਸੇ ਹੋਰ ਸੁਰ 'ਚ ਲੈਣਾ, ਤਾਂ ਮੈਨੂੰ ਸੋਚਣ ਦੀ ਜ਼ਰੂਰਤ ਨਹੀਂ ਹੈਗੀ। ਮੈਨੂੰ ਕੋਈ ਇਹ ਨਹੀਂ ਹੈ ਕਿ ਮੈਂ ਹੁਣ ਅੱਛਾ ਮੈਂ ਇਹਦੇ 'ਚ ਕਿੱਦਾਂ ਕਰਾਂਗਾ, ਉਹ ਆਪਣੇ ਆਪ ਆ ਜਾਏਗਾ ਜਿਸ ਤਰ੍ਹਾਂ ਦਰਖਤ 'ਤੇ ਪੱਤੇ ਆਉਂਦੇ ਆ। ਸੋ ਇਹ ਮੇਰੀ ਰਿਆਸਤ ਮੇਰੇ ਭਰਾਵਾਂ ਨੇ ਔਰ ਸਾਡੇ ਗੁਰੂ ਜੀ ਸਰਦਾਰ ਜਸਵੰਤ ਸਿੰਘ ਭੰਬਰਾ ਸਾਹਿਬ, ਸਾਡੇ ਸੰਗੀਤਕ ਗੁਰੂ, ਔਰ ਉਹਨਾਂ ਦੀ ਇਹ 17 ਸਾਲ ਉਹਨਾਂ ਤੋਂ ਮੈਂ ਸਿੱਖਿਆ ਲਈ, ਔਰ ਮੈਨੂੰ ਬਹੁਤ ਜ਼ਿਆਦਾ ਇਹ ਉਹਨਾਂ ਨੇ ਪ੍ਰੇਮ ਨਾਲ ਸਿਖਾਇਆ। ਇਹ ਮੈਂ ਕਮਲੀ ਦੇ ਵਿੱਚ ਲਾਈਨਾਂ ਵੀ ਬੋਲੀਆਂ, ਧੰਨਵਾਦੀ ਉਹਨਾਂ ਹਾਣੀਆਂ ਦਾ ਜਿੰਨਾ ਸੰਗ ਸ਼ੋਰ ਮਚਾਇਆ, ਧੰਨਵਾਦੀ ਉਹਨਾਂ ਕਦਰਦਾਨਾਂ ਦਾ ਜਿੰਨੀ ਦਿੱਲੀ ਵਸਾਇਆ, ਧੰਨਵਾਦੀ ਉਹਨਾਂ ਮੁਸ਼ਕਲਾਂ ਦਾ ਜਿਹਨਾਂ ਸੁੱਖ ਦਾ ਸਾਹ ਭੁਲਾਇਆ, ਧੰਨਵਾਦੀ ਮੈਂ ਉਸ ਰੂਹ ਦਾ ਜਿਸ ਕਰਨਾ ਪਿਆਰ ਸਿਖਾਇਆ, ਧੰਨਵਾਦੀ ਉਸ ਤਾਦਾਂ ਦਾ ਜਿਹਨਾਂ ਮਿਹਨਤ ਨਾਲ ਪੜ੍ਹਾਇਆ, ਧੰਨਵਾਦੀ ਉਹਨਾਂ ਵੱਡਿਆਂ ਦਾ ਜਿਹੜਾ ਗੋਦੀ ਚੁੱਕ ਖੜਾਇਆ, ਧੰਨਵਾਦੀ ਮੈਂ ਉਸ ਮਾਂ ਦਾ ਜਿਸ ਮੇਰੀ ਮਾਂ ਨੂੰ ਜਾਇਆ, ਫਿਰ ਧੰਨਵਾਦੀ ਉਸ ਮਾਂ ਦਾ ਜਿਸ ਪੀੜਾਂ ਝੱਲ ਕੇ ਜਾਇਆ, ਦੁਨੀਆਂ ਦੇ ਵਿੱਚ ਹੋਰ ਵੀ ਰਿਸ਼ਤੇ ਮਾਂ ਵਰਗਾ ਨਾ ਕੋਈ, ਢੋਹੀ ਮਿਲੂ ਨਾ ਪੂਰੇ ਜੱਗ ਵਿੱਚ, ਜੇ ਮਾਂ ਗੁੱਸੇ ਹੋਈ ਤੇਰਾ ਨਾਮ ਰਹੇ ਮੈਨੂੰ ਯਾਦ ਸਦਾ, ਭਾਵੇਂ ਬਾਕੀ ਦੁਨੀਆਂ ਭੁੱਲ ਜਾਵੇ। ਤੇ ਲੋਕੀ ਕਹਿੰਦੇ ਕਮਲੀ ਕਮਲੀ, ਗੱਲ ਉੱਥੇ ਆ ਕੇ ਇਹ ਦੱਸਿਓ ਕਿ ਜਿਹੜੇ ਤਾਂ ਤੁਸੀਂ ਬਹੁਤ ਸਾਰੇ ਜਦੋਂ ਸਰਗਮਾ ਲੈਂਦੇ ਆ ਦੁਨੀਆਂ ਵਿੱਚ, ਦੇਸ਼ ਪੰਜਾਬ ਦਾ, ਉਹ ਉਹ ਵੀ ਸਰਗਮ ਹੈ ਜਿਹੜੀ ਮੂਹਰੇ ਬੋਲਿਆ, ਉਹ ਕਮਾਲ ਕਰਤੀ ਸੀਗੀ। ਹਾਂਜੀ, ਉਹ ਵੀ ਲਾਈਵ ਆ, ਉਹ ਵੀ ਲਾਈਵ ਆ। ਇਹ ਮੇਰੇ ਖਿਆਲ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਲਾਈਵ ਦਾ ਪ੍ਰਭਾਵ ਆ, ਜਿਹੜਾ ਜਿਵੇਂ ਵਾਰਾ ਸਾਹਿਬ ਕਹਿ ਕੇ ਗਏ ਸੀਗੇ, ਕਹਿੰਦੇ ਜਦੋਂ ਲਾਈਵ ਦੀ ਪੇਸ਼ਕਾਰੀ ਕਰਦੇ ਨਾ ਸਾਡੇ ਅੰਦਰੋਂ ਜੋ ਵਲਵਲੇ ਉੱਠਦੇ ਆ, ਉਹ ਜਿਹੜੇ ਸੀਡੀ ਵਾਲੇ ਦੇ ਵਿੱਚ ਅਸੀਂ ਫਿੱਟ ਹੋ ਜਾਂਦੇ, ਬੱਝ ਜਾਂਦੇ ਆ। ਹਾਂਜੀ, ਉਹ ਨਹੀਂ ਇਸ ਤਰ੍ਹਾਂ ਹੁੰਦਾ ਚੀਜ਼। ਹੁਣ ਤੁਸੀਂ ਦੁਨੀਆਂ ਦਾ ਕੋਈ ਗੀਤ ਦੱਸੋ, ਕਿਸੇ ਦਾ ਹੋਰ ਦਾ ਗਾਇਆ ਹੋਵੇ, ਉਹਦੇ ਵਿੱਚ ਸਰਗਮ ਬੋਲਣੀ ਆ। ਹੁਣ ਮੈਨੂੰ ਕੀ ਪਤਾ ਦੁਨੀਆਂ ਦਾ ਤੁਸੀਂ ਕਿਹੜਾ ਗੀਤ ਬੋਲ ਦੇਣਾ, ਤੁਸੀਂ ਕਿਸੇ ਦਾ ਨਾਂ ਲਾਓ, ਮੈਂ ਤੁਹਾਨੂੰ ਉਹ 'ਚ ਸਰਗਮ ਲਾ ਦਿੰਦਾ। ਮੈਨੂੰ ਦੱਸੋ ਕਿੰਨੇ ਮਾਤਰਾ ਦੀ ਸਰਗਮ ਲਾਣੀ ਆ, ਕੋਈ ਮੈਨੂੰ ਸੁਰ ਦੱਸੋ। ਜੇ ਮੈਨੂੰ ਹੋਵੇ ਇਹਨੂੰ ਇਸ ਗਾਣੇ ਨੂੰ ਇਸ ਤਾਲ 'ਚ ਕਰਦੇ, ਤਾਂ ਮੈਨੂੰ ਸੋਚਣ ਦੀ ਥੋੜ੍ਹਾ ਲੋੜ ਆ, ਤੁਸੀਂ ਅਜ਼ਮਾ ਕੇ ਦੇਖ ਲਓ, ਮੈਂ ਹੁਣ ਕਰ ਦਿੰਦਾ। ਕੋਈ ਦੁਨੀਆਂ ਹੋਰ ਕਿਸੇ ਬੰਦੇ ਦਾ ਗਾਣਾ ਗੁਣ ਬਣਾ ਦਿਓ, ਮੈਂ ਉਹਦੇ 'ਚ ਤੁਹਾਨੂੰ ਸਰਗਮ ਲਗਾ ਕੇ ਦੱਸ ਦਿੰਦਾ। ਕੋਈ ਤੁਸੀਂ ਦੱਸੋ ਗਾਣਾ, ਮੈਨੂੰ ਕੋਈ ਸੋਚਣ ਦੀ ਲੋੜ ਨਹੀਂ ਹੈਗੀ। ਸੋਚ ਲਓ ਜੇ ਤੁਹਾਨੂੰ ਕੋਈ ਔਖੇ ਤੋਂ ਔਖਾ ਗਾਣਾ ਕੋਈ, ਪਰ ਉਹ ਤੁਹਾਨੂੰ ਗੁਣ ਗਣਾਉਣਾ ਪੈਣਾ ਥੋੜਾ ਜਿਹਾ, ਮੈਂ ਉਹ ਸੁਣਿਆ ਨਾ ਹੋਵੇ ਗਾਣਾ, ਮੈਨੂੰ ਦੱਸ ਦਿਓ ਉਹਦੇ ਕੀ ਸੁਰ ਨੇ, ਤੇ ਮੈਨੂੰ ਦੱਸ ਦਿਓ ਕਿਹੜੇ ਤਾਲ 'ਚ ਸਰਗਮ ਕਹਿਣੀ, ਇਹ ਵੀ ਮੈਨੂੰ ਦੱਸ ਦਿਓ ਨਾਲ। ਦੱਸੋ ਕੋਈ, ਮੈਨੂੰ ਸੋਚਣ ਦੀ ਲੋੜ ਨਹੀਂ ਹੈਗੀ ਵੀ ਮੈਂ ਕਿਹੜਾ ਗਾਣਾ ਕਵਾਂ। ਵਾਹ, ਮੈਨੂੰ ਤੁਹਾਡੇ ਕੌਨਫੀਡੈਂਸ ਹੀ ਸਾਰਾ ਕੁਝ ਦੱਸਦਾ ਮੈਨੂੰ। ਨਹੀਂ, ਉਹ ਚੀਜ਼ ਵੀ ਪਿੱਛੇ ਚਾਹੀਦੀ, ਕਈ ਵਾਰੀ ਕੌਨਫੀਡੈਂਸ ਬੰਦੇ ਨੂੰ ਮਰਵਾ ਵੀ ਦਿੰਦਾ,
ਉਹ ਸੀਗਾ ਨਾ ਕਿ ਮੁੱਛ ਖੜੀ ਆ ਅੱਖ ਲਾਲ ਉਹ ਜੋਕ ਹੈ ਨਾ ਉਹ ਗਿੱਦੜ ਨੇ ਪੁੱਛਿਆ ਸੀ ਉਹ ਕੁਛ ਇਸ ਤਰ੍ਹਾਂ ਦੀ ਹੈ ਨਾ ਕੋਈ ਇੱਕ ਜੋਕ ਜਿਹਾ ਪੁਰਾਣਾ ਹੁੰਦਾ ਸੀ ਫਿਰ ਫਿਰ ਕਹਿੰਦੇ ਗਿੱਦੜ ਐਂਡ ਨੂੰ ਰਹੇਗਾ ਤਾਂ ਗਿੱਦੜ ਏ ਉਹਦੀਆਂ ਚੀਜ਼ਾਂ ਸਾਰੀਆਂ ਸ਼ੇਰ ਵਾਲੀਆਂ ਰਲ ਗਈਆਂ ਉਹਦੇ ਨਾਲ ਪਰ ਉਹ ਹੌਸਲਾ ਨਹੀਂ ਸੀਗਾ ਫਿਰ ਤੁਹਾਨੂੰ ਪਤਾ ਹੀ ਐਂਡ 'ਚ ਕੀ ਹੋਇਆ ਹੁਣ ਰਿਆਜ਼ ਇਹਨਾਂ ਦੀ ਗਾਇਕੀ ਦੇ ਸਫ਼ਰ ਇਹਨਾਂ ਦੀ ਸੋਚ ਇਹ ਜਿਹੜਾ ਉਤਸ਼ਾਹ ਹੈਗਾ ਨਾ ਜਿਹੜੀ ਊਰਜਾ ਹੈਗੀ ਆ ਇਹ ਤਾਂ ਪੈਦਾ ਹੁੰਦੀ ਹੈ ਨਹੀਂ ਤਾਂ ਨਾ ਇਹ ਗੱਲਾਂ ਜਿਹੜੀਆਂ ਉਹ ਬਨਾਉਟੀ ਜਿਹੀਆਂ ਲੱਗਦੀਆਂ ਜੇਕਰ ਇਹਨਾਂ ਦੀ ਇਹਨੀ ਸਾਧਨਾ ਨਾ ਹੋਵੇ ਇਹਨਾਂ ਦੇ ਲਈ ਕੁਛ ਵੀ ਵਾਜਬਾ ਹਾਂਜੀ ਬਿਲਕੁਲ ਸਹੀ ਕਮਲ ਭਾਜੀ ਜਿਹੜੇ ਨਾ ਸਾਡੇ ਇੱਥੇ ਕੈਮਰਾਮੈਨ ਸਾਥੀ ਆ ਉਹ ਸਾਨੂੰ ਨਾ ਵਾਰ ਵਾਰ ਇਹ ਗੱਲ ਕਹਿੰਦੇ ਹੁੰਦੇ ਵੀ ਸਿੱਧੇ ਹੋ ਜਾਓ ਐ ਹੋ ਗਿਆ ਮੰਨ ਲਓ ਸਿੱਧਾ ਹੋ ਜਾ ਤੂੰ ਕਹਿੰਦੇ ਬੰਦਾ ਬਣ ਜਾ ਤੂੰ ਸਿੱਧਾ ਹੋ ਜਾ ਜੇ ਮੰਨ ਲਓ ਇਉਂ ਬੈਠੇ ਹਨਾ ਹੁਣ ਜੇ ਮੰਨ ਲਓ ਅਸੀਂ 1 ਘੰਟੇ ਦਾ ਪ੍ਰੋਗਰਾਮ ਕਰਨਾ ਤੇ ਬੰਦਾ ਕਦੇ ਇਉਂ ਵੀ ਹੋਊਗਾ ਕਦੇ ਬੰਦਾ ਇਉਂ ਵੀ ਉਹ ਕਰਨਗੇ ਮਤਲਬ ਸਰੀਆ ਪਾਇਆ ਹੁੰਦਾ ਹਨਾ ਇਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਥੋੜੀ ਜੀ ਕਸੂਤੀ ਜੀ ਸਥਿਤੀ ਹੁੰਦੀ ਹੈ ਮੇਰੀ ਤਾਂ ਇਹੀ ਬੇਨਤੀ ਆ ਕਿ ਜਿਹੜਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਨਾ ਉਹਨੂੰ ਨਿਯਮਾਂ 'ਚ ਬੰਨ ਦੋਗੇ ਕੁਦਰਤ ਇੱਕ ਕੋਈ ਵੀ ਪੱਤਾ ਇੱਕੋ ਜਿਹਾ ਨਹੀਂ ਉਹ ਤਾਂ ਹੀ ਖੂਬਸੂਰਤ ਲੱਗਦੀ ਹੈ ਪਹਾੜ ਤੁਸੀਂ ਵੇਖੋ ਉਹਦੇ 'ਚ ਕਿੰਨੇ ਉੱਪਰ ਥੱਲੇ ਚੀਜ਼ਾਂ ਉਹ ਤਾਂ ਹੀ ਖੂਬਸੂਰਤ ਲੱਗਦਾ ਬੰਦੇ ਨੇ ਜੋ ਵੀ ਚੀਜ਼ ਬਣਾਈ ਚੌਰਸ ਬਣਾ ਦਿੱਤੀ ਜਾਂ ਗੋਲ ਬਣਾ ਦਿੱਤੀ ਆਹ ਦੇਖੋ ਹੁਣੇ ਇੱਕ ਡਿਕਟਮ 'ਚ ਬੰਨੀ ਹੋ ਆ ਚੀਜ਼ ਕੁਦਰਤ ਨੇ ਇਸ ਤਰ੍ਹਾਂ ਨਹੀਂ ਬਣਾਉਣੀ ਸੀ ਇੱਕ ਵਾਰੀ ਸੰਗਤਾਰ ਭਾਜੀ 10ਵੀਂ 'ਚ ਜਾਂ 9ਵੀਂ 'ਚ ਪੜ੍ਹਦੇ ਸੀਗੇ ਤੇ ਉਹ ਫੋਟੋ ਖਿਚਾਉਣ ਚਲੇ ਗਏ ਹੈ ਇੱਦਾਂ ਦੇ ਸੱਜਣ ਕੋ ਤੇ ਜਦੋਂ ਫੋਟੋ ਖਿਚਾਉਣ ਚਲੇ ਗਏ ਉਹ ਕਹਿੰਦਾ ਯਾਰ ਇੱਥੇ ਆ ਕੇ ਬੈਠ ਇੱਥੇ ਆ ਕੇ ਬੈਠ ਕੇ ਨਹੀਂ ਯਾਰ ਇੱਥੋਂ ਤੇਰੀ ਠੋਡੀ ਨਹੀਂ ਵਧੀਆ ਆਉਂਦੀ ਫਿਰ ਕਹਿੰਦਾ ਤੂੰ ਇੱਧਰ ਨੂੰ ਹੋ ਹੈ ਕਹਿੰਦਾ ਮੈਂ ਇੱਧਰ ਨੂੰ ਹੋ ਗਿਆ ਕਹਿੰਦਾ ਯਾਰ ਮੈਨੂੰ ਕਹਿੰਦਾ ਇੱਥੋਂ ਤੇਰੀ ਡਬਲ ਚਿੰਨ ਆਉਂਦੀ ਇੱਥੇ ਹੱਥ ਰੱਖ ਕਹਿੰਦਾ ਉਹਨੇ ਮੇਰਾ ਇੱਥੇ ਹੱਥ ਰਖਾ ਦਿੱਤਾ ਫਿਰ ਕਹਿੰਦਾ ਯਾਰ ਭਾਜੀ ਇੱਥੋਂ ਤੇਰਾ ਨੱਕ ਬਹੁਤ ਬੜਾ ਆਉਂਦਾ ਫਿਰ ਹੁਣ ਤੂੰ ਇੱਧਰ ਨੂੰ ਘੁੰਮ ਹੈ ਇੱਥੋਂ ਆਇਆ ਹੋ ਜਾ ਫਿਰ ਕਹਿੰਦਾ ਫੋਟੋ ਖਿੱਚਣ ਚਲਾ ਗਿਆ ਫਿਰ ਜਾ ਕੇ ਕਹਿੰਦਾ ਯਾਰ ਇੱਥੋਂ ਤੇਰੇ ਬੁੱਲ ਬਹੁਤ ਬੜੇ ਆਉਂਦੇ ਸੰਗਤਾਰ ਕਹਿੰਦਾ ਮੈਂ ਹੱਥ ਜੋੜ ਕੇ ਖੜ ਗਿਆ ਕਹਿੰਦਾ ਭਰਾਵਾ ਮੈਨੂੰ ਮੇਰੀ ਫੋਟੋ ਚਾਹੀਦੀ ਆ ਇੱਦਾਂ ਥੋੜੋ ਆਪਾਂ ਮੈਂ ਪਛਾਣਾ ਇੰਨਾ ਹਨਾ ਮੈਨੂੰ ਮੇਰੀ ਹੀ ਫੋਟੋ ਚਾਹੀਦੀ ਆ ਕਿਸੇ ਹੋਰ ਦੀ ਨੀ ਫੋਟੋ ਚਾਹੀਦੀ ਭਾਜੀ ਤੇਰੀ ਫੋਟੋ ਖਿੱਚੀ ਆ ਸੰਗਤਾਰ ਧਰਮਿੰਦਰ ਲੱਗਦਾ ਬਈ ਮੈਨੂੰ ਮੈਂ ਹੀ ਲੱਗਣਾ ਚਾਹੀਦਾ ਹੋਰ ਨਾ ਉਹਨੂੰ ਫੜਨ ਚੱਲ ਜਾਵੇ ਪੁਲਿਸ ਹਨਾ ਬਈ ਇਹ ਜਿਹੜੀ ਅਸਲੀਅਤ ਹੁੰਦੀ ਨਾ ਜਦੋਂ ਤੁਸੀਂ ਉਹਨੂੰ ਕਿਸੇ ਚੀਜ਼ ਨੂੰ ਕਿਸੇ ਡਿਕਟਮ 'ਚ ਕਿਸੇ ਇਹਨੂੰ ਨਿਯਮ 'ਚ ਬੰਨੋਗੇ ਤਾਂ ਜਿਹੜਾ ਆਰਟ ਆ ਉਹ ਖਤਮ ਹੋ ਜਾਂਦਾ ਉਹ ਇੱਕ ਚੀਜ਼ ਬਸ ਉਹ ਇੱਕ ਨਿਯਮ ਦੇ ਵਿੱਚ ਆਰਟ ਨਹੀਂ ਹੁੰਦਾ ਜਦੋਂ ਅਸੀਂ ਸਰਗਮ ਵੀ ਲੈਂਦੇ ਹਾਂ ਜੇ ਤੁਸੀਂ ਦੇਖ ਲਿਓ ਹੁਣ ਕਈ ਵਾਰੀ ਕਿ ਗਾਉਂਦੇ ਹੁੰਦੇ ਆ ਨਾ ਸਾ ਸਾ ਨੀ ਨੀ ਦਾ ਪਾ ਮਾ ਪਾ ਮੈਂ ਦੱਸ ਦਊਂਗਾ ਕਿ ਇਹਨੇ ਘਰੋਂ ਬਣਾ ਕੇ ਲਿਆਂਦੀ ਉਹ ਜਿਸ ਵੇਲੇ ਬੰਦਾ ਮੂੰਹ 'ਚੋਂ ਬੋਲਦਾ ਹੈ ਉਹ ਤਾਂ ਇਸ ਤਰ੍ਹਾਂ ਬੋਲਦਾ ਕਿ ਜਿਸ ਤਰ੍ਹਾਂ ਸਬਮਰਸੀਬਲ ਦੇ ਵਿੱਚੋਂ ਪਾਣੀ ਨਿਕਲਦਾ ਇਸ ਤਰ੍ਹਾਂ ਨਿਕਲੇ ਕਿ ਉਹ ਸੋਚਣਾ ਨਾ ਪਵੇ ਭਾਜੀ ਸ਼ਾਇਰੀ ਆ ਜਿਹੜੀ ਤੁਸੀਂ ਇੱਕ ਸ਼ਾਇਰੀ ਲਾਈਨ ਯਾਦ ਕੀਤੀ ਆ ਉਹ ਲਿਬਣਾ ਲਵਾਂ ਤੇ ਜੀ ਫਿਰਦੇ ਰਹਿੰਦੇ ਆ ਇੱਕ ਗੱਲ ਹੈਗੀ ਆ ਮੈਂ ਦੱਸਾਂ ਤੁਹਾਨੂੰ ਮੈਨੂੰ ਯਾਦ ਕਰ ਲੈਂਦੇ ਹੋ ਉਹ ਜਿਹੜੀ ਹਜ਼ਾਰ ਵਾਰੀ ਚੀਜ਼ ਭਾਜੀ ਮਹਿਬੂਬ ਦਾ ਨਾਮ ਮੈਨੂੰ ਆਪਣੇ ਦਾ ਯਾਦ ਥੋੜੋ ਕਰਨਾ ਪੈਂਦਾ ਆ ਮੈਨੂੰ ਤੁਸੀਂ ਸੁੱਤੇ ਪਏ ਨੂੰ ਵੀ ਪੁੱਛੋਗੇ ਤਾਂ ਮੈਂ ਤਾਂ ਵੀ ਹੈ ਨਾ ਵੀ ਹਨਾ ਉਹ ਮੈਨੂੰ ਯਾਦ ਆ ਇਸ ਤਰ੍ਹਾਂ ਸਾਨੂੰ ਸ਼ਾਇਰੀ ਆ ਜਿਹੜੀ ਇੰਨੀ ਵਾਰੀ ਯਾਦ ਕਰ ਲਈ ਆ ਕਿ ਜਾਣੀ ਕਿ ਉਹ ਸੋਚਣ ਦੀ ਥੋੜੋ ਲੋੜ ਹੈਗੀ ਆ ਉਹ ਤਾਂ ਮੈਂ ਤੁਹਾਡੇ ਨਾਲ ਗੱਲ ਵੀ ਕਰੀ ਜਾਵਾਂ ਮੈਂ ਤਾਂ ਵੀ ਸਾਰੀ ਕਵਿਤਾ ਸੱਤਰ ਲਾਈਨ ਦੀ ਬੋਲ ਦਊਂਗਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਸੋ ਉਸ ਚੀਜ਼ ਨੂੰ ਨੈਚੁਰਲ ਰਹਿਣ ਦਿਓ ਜਦੋਂ ਤੁਸੀਂ ਉਸ ਚੀਜ਼ ਦੇ ਨਾਲ ਖਿਲਵਾੜ ਕਰਦੇ ਹੋ ਤੇ ਉਹਦੇ 'ਚੋਂ ਅਸਲੀਅਤ ਗਾਇਬ ਹੋ ਜਾਊਗੀ ਫਿਰ ਮੈਂ ਸੋਚਾਂਗਾ ਗਰਲ ਕਰ ਲੱਗਾ ਇਹ ਜੋ ਅਮਨ ਖਟਕੜ ਜੀ ਦਾ ਟੀਵੀ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਹਾਂਜੀ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਇੱਦਾਂ ਦੀ ਰਿਕਾਰਡਿੰਗ ਹੋਈ ਨਾ ਬੰਦਾ ਹਿੱਲਿਆ ਹੀ ਨਹੀਂ ਯਾਰ ਕਹਿਣਾ ਯਾਰ ਹਿੱਲਣ ਦਾ ਕੋਈ ਨੀ ਗੱਲਾਂ ਵਧੀਆ ਕਰ ਜਾ ਹਾਂਜੀ ਬੰਨ ਦਿਆ ਕਰੋ ਇੱਥੇ ਬੰਦੇ ਨੂੰ ਖੁੰਡ ਕੱਢ ਕੇ 21 ਦਿਨ ਬੰਦ 21 ਦਿਨ ਬਾਅਦ ਆਪੇ ਨੀ ਹਿੱਲੂਗੇ ਹਨਾ ਇਹ ਲੋਕਾਂ ਨੇ ਪੁੱਛਣਾ ਹਾਲ ਚਾਲ ਇਹਨਾਂ ਨੇ ਕਹਿਣਾ ਹਾਲ ਤਾਂ ਵਧੀਆ ਚਾਲ ਨੀ ਮੈਂ ਚੱਲ ਕੇ ਦੇਖਿਆ 21 ਦਿਨ ਬਾਅਦ ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ
ਇਹਨਾਂ ਪਲੇਟਫਾਰਮਸ ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੇਟਫਾਰਮਸ ਤੇ ਵੀ ਅਸੀਂ ਅਵੇਲੇਬਲ ਹਾਂ ਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਹਾਜ਼ਰ ਹੈ ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਹਰਮਨਥਨ ਸਵਰਨ ਸਿੰਘ ਟੈਣਾ ਤੇ ਕਮਲ ਹੀਰ ਹੋਰਾਂ ਦੇ ਨਾਲ ਤੇ ਦਿਲ ਖੋਲ ਕੇ ਵਾਕਈ ਗੱਲਾਂ ਕਰ ਰਹੇ ਨੇ ਜਿਸ ਤਰੀਕੇ ਨਾਲ ਉਹ ਹਸਾ ਰਹੇ ਆ ਨਾ ਵਾਕਈ ਢਿੱਡੀ ਪੀੜਾਂ ਪਾ ਰਹੇ ਆ ਉਹ ਕਮਾਲ ਆ ਇਹ ਲੱਗ ਰਿਹਾ ਵੀ ਅਸੀਂ ਘਰ ਦੇ ਵਿੱਚ ਬੈਠ ਕੇ ਗੱਲ ਬੈਠੇ ਘਰ ਦੇ ਵਿੱਚ ਸਹੀ ਗੱਲ ਭਾਜੀ ਜਿਹੜਾ ਨਾ ਤੁਸੀਂ ਅਹਿਸਾਸ ਕਰਾਉਂਦੇ ਹੋ ਮੈਂ ਨਾ ਤੁਹਾਡੇ ਬਹੁਤ ਸਾਰੇ ਸ਼ੋਅ ਦੇਖੇ ਆ ਪ੍ਰੋਗਰਾਮ ਦੇਖੇ ਆ ਉੱਥੇ ਵੀ ਜਦੋਂ ਤੁਸੀਂ ਨਾਲ ਇੱਕਮਿੱਕ ਹੋ ਜਾਂਦੇ ਹੋ ਨਾ ਸੁਣਨ ਵਾਲਿਆਂ ਦੇ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦੇ ਹੋ ਨਾ ਕਿ ਫੇਸਬੁੱਕ ਵਾਲਾ ਗਾਣਾ ਗਾਉਂਦੇ ਆ ਤੇ ਉਵੇਂ ਉਵੇਂ ਕਰਦੇ ਆ ਪਰ ਸਾਰੇ ਉਹ ਮੈਂ ਬੜਾ ਉਹ ਤੋਂ ਪ੍ਰਭਾਵਿਤ ਹਾਂ ਉਸ ਪ੍ਰਭਾਵ ਤੋਂ ਇੱਥੇ ਮੈਂ ਇੱਕ ਵਾਰੀ ਖਾਲਸਾ ਕਾਲਜ ਦੇ ਵਿੱਚ ਨਾ ਪਰਫਾਰਮ ਕੀਤਾ ਮੈਨੂੰ ਹਾਲੇ ਵੀ ਯਾਦ ਆ ਪੰਜਾਬੀ ਜ਼ੁਬਾਨ ਦੀ ਉਹ ਚੜ੍ਹਦੀ ਕਲਾ ਦੇ ਲਈ ਦੀਪਕ ਬਾਲੀ ਜੀ ਹੋਰੀ ਅਰੇਂਜ ਕੀਤਾ ਸਰਦਾਰ ਸਤਨਾਮ ਸਿੰਘ ਮਾਣਕ ਸਾਹਿਬ ਉੱਥੇ ਮੌਜੂਦ ਸੀ ਤੇ ਮੈਨੂੰ ਉੱਥੇ ਜਾ ਕੇ ਬਹੁਤ ਹੈਰਤ ਜਿਹੀ ਹੋਈ ਜਦੋਂ ਮੈਂ ਉਹ ਬੱਚਿਆਂ ਲਈ ਪਰਫਾਰਮ ਕਰ ਰਿਹਾ ਸੀਗਾ ਤੇ ਉਹ ਥੋੜ੍ਹਾ ਜਿਹਾ ਖਰੂਦ ਕਰ ਰਹੇ ਸੀਗੇ ਕਿਉਂਕਿ ਇਹ ਜਵਾਨੀ ਦੇ ਵਿੱਚੋਂ ਹੁੰਦੀ ਆ ਚੀਜ਼ ਸੰਭਰਤੇ ਹੈ ਕਾਰੋਬਾਰੇ ਦੁਨੀਆ ਹੋਸ਼ ਜਬ ਬੇਖੁਦੀ ਸੇ ਮਿਲਤਾ ਹੈ ਉਹ ਬੇਖੁਦੀ ਉਹਨਾਂ ਦੇ ਵਿੱਚ ਹੁੰਦੀ ਆ ਹੋਸ਼ ਜਿਹੜੇ ਉਹਨਾਂ ਨੂੰ ਪੜ੍ਹਾਉਣ ਵਾਲੇ ਆ ਉਹਨਾਂ ਦਾ ਤਾਲਮੇਲ ਹੋਏਗਾ ਉਹ ਤਾਂ ਹੀ ਅੱਛਾ ਰਹੇਗਾ ਤੇ ਉਹ ਉਹਨਾਂ ਨੂੰ ਪੁਲਿਸ ਕੁੱਟ ਕੁੱਟ ਕੇ ਬਿਠਾਲਣ ਲੱਗ ਪਏ ਉਹ ਯਾਰ ਤੁਸੀਂ ਇੱਦਾਂ ਨਾ ਬਹੁਤ ਪੁਰਾਣੀ ਗੱਲ ਹੈਗੀ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਭਾਈ ਤੁਸੀਂ ਇਸ ਤਰ੍ਹਾਂ ਨਾ ਕਰੋ ਸਮਾਂ ਮੇਰੀ ਇਸ ਗੱਲ ਦਾ ਕਈਆਂ ਉੱਥੇ ਜਿਹੜੇ ਪੜ੍ਹਾਉਣ ਵਾਲੇ ਸੀ ਉਹਨਾਂ ਨੇ ਬੁਰਾ ਵੀ ਮਨਾਇਆ ਕਿ ਸਾਡੇ ਉੱਪਰ ਦੀ ਕਹਿ ਰਿਹਾ ਮੈਂ ਕਿਹਾ ਤੁਸੀਂ ਇਹ ਬੰਦ ਕਰੋ ਡੰਡੇ ਡੁੰਡੇ ਉਹਨਾਂ ਦੇ ਮਾਰਨੇ ਫਿਰ ਮੈਂ ਬੱਚਿਆਂ ਨੂੰ ਸਾਰਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਲੰਮੇ ਪੈ ਜਾਓ ਆਪਾਂ ਲੰਮੇ ਪੈ ਕੇ ਗਾਣੇ ਉਹ ਸਾਰੇ ਲੰਮੇ ਪੈ ਗਏ ਇਹ ਜਾਣੇ ਕਿ ਉਹਨਾਂ ਨੂੰ ਵੀ ਚੀਜ਼ ਚੰਗੀ ਨਹੀਂ ਲੱਗੀ ਅਗਲੇ ਦਾ ਵੀ ਮਾਨ ਸਨਮਾਨ 'ਚ ਫਰਕ ਪਿਆ ਉਹ ਗੱਲ ਤਾਂ ਸਹੀ ਸੀਗੀ ਮੈਨੂੰ ਆ ਕੇ ਕਹਿੰਦੇ ਕਹਿੰਦੇ ਜੀ ਤੂੰ ਇਹਨੂੰ ਛੇਤੀ ਖਤਮ ਕਰ ਦੇ ਚੀਜ਼ ਨੂੰ ਬਈ ਬਸ ਜੀ ਤੇਰਾ ਬਹੁਤ ਹੋ ਗਿਆ ਮੈਂ ਕਿਹਾ ਜੀ ਧੰਨਵਾਦ ਮੈਂ ਉਹਨਾਂ ਨੂੰ ਵੀ ਬੱਚਿਆਂ ਨੂੰ ਕਿਹਾ ਪਰ ਜਾਣੀ ਕਿ ਗੱਲ ਇਹ ਹੈਗੀ ਆ ਕਿ ਜਿਹੜਾ ਇਹ ਪ੍ਰੇਮ ਦੇ ਨਾਲ ਜਿਹੜੀਆਂ ਚੀਜ਼ਾਂ ਹੋ ਜਾਣੀਆਂ ਨਾ ਉਹਨਾਂ ਉਹਨਾਂ ਨਾਲ ਦੀ ਰੀਸ ਨਹੀਂ ਹੁੰਦੀ ਉਹ ਚੀਜ਼ ਆਪਣੇ ਆਪ ਫਿਰ ਉਹ ਹੁੰਦੀ ਆ ਜਿਹਨੂੰ ਚੀਜ਼ ਨੂੰ ਤੁਸੀਂ ਧੱਕੇ ਨਾ ਕਰਦੇ ਉਹ ਫਿਰ ਹੁੰਦੀ ਨੀ ਵਾਹ ਬਿਲਕੁਲ ਸਹੀ ਗੱਲ ਦੇਖੋ ਇਹ ਗੱਲਾਂ ਨਾ ਜਿਹੜੀਆਂ ਅਸਲ ਦੇ ਵਿੱਚ ਇਹਨਾਂ ਦੀ ਮੈਂ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ ਹਾਂਜੀ ਅੱਛਾ ਤੁਸੀਂ ਮੌਜੂਦ ਸੀ ਇਸੇ ਤਰੀਕੇ ਨਾਲ ਹੁਣ ਜਿੱਦਾਂ ਅਸੀਂ ਬਾਹਰ ਜਾਂਦੇ ਤੁਸੀਂ ਘਰ ਦੀ ਗੱਲ ਕੀਤੀ ਆ ਮੈਂ ਕੈਨੇਡਾ ਗਿਆ ਮੈਂ 15 ਸਾਲ ਦਾ ਸੀ 15.5 ਸਾਲ ਦਾ ਮੇਰੀ ਸਾਰੀ ਦੁਨੀਆ ਹੀ ਮੇਰੇ ਨਾਲ ਗਈ ਆ ਉਹ ਵੀਰ ਜੀ ਨੇ ਗੀਤ ਵੀ ਗਾਇਆ ਕਿ ਆਸੇ ਪਾਸੇ ਪਿੰਡਾਂ ਦੇ ਕਿ ਮੁੰਡੇ ਗਏ ਨੇ ਮਿਲ ਬਈ ਲੱਗ ਗਿਆ ਹੁਣ ਪਰਦੇਸਾਂ ਵਿੱਚ ਦਿਲ ਵੀ ਨਸ਼ਾ ਯਾਰਾਂ ਦੀਆਂ ਗੱਲਾਂ 'ਚ ਸ਼ਰਾਬ ਵਰਗਾ ਹੁਣ ਲੱਗਦਾ ਕੈਨੇਡਾ ਵੀ ਪੰਜਾਬ ਵਰਗਾ ਹੁਣ ਉਹ ਕਹਿੰਦੇ ਹੁੰਦੇ ਸਾਰਾ ਜੱਗ ਮੈਨੂੰ ਲੱਗਦਾ ਪੰਜਾਬ ਵਰਗਾ ਕਿਉਂਕਿ ਤੁਸੀਂ ਸਾਰੀ ਦੁਨੀਆ ਜਿਸ ਵੇਲੇ ਨਾ ਧਰਤੀ ਤੋਂ ਚੰਦ ਨੂੰ ਗਏ ਆ ਲੋਕ ਆਪਣੇ ਸਾਇੰਟਿਸਟ ਤੇ ਉਹਨਾਂ ਨੇ ਆ ਕੇ ਦੱਸਿਆ ਕਹਿੰਦੇ ਜਦੋਂ ਅਸੀਂ ਆਪਣੇ ਪਿੰਡ 'ਚੋਂ ਨਿਕਲਦੇ ਸੀ ਕਹਿੰਦੇ ਪਿੰਡ ਆ ਜਾਈਏ ਸ਼ਹਿਰ 'ਚੋਂ ਨਿਕਲਦੇ ਸ਼ਹਿਰ 'ਚ ਆ ਜਾਈਏ ਮੁਲਕ 'ਚੋਂ ਨਿਕਲਦੇ ਸੀ ਕਹਿੰਦੇ ਯਾਰ ਅਸੀਂ ਆਪਣੇ ਮੁਲਕ ਪਹੁੰਚ ਜਾਈਏ ਹਾਂ ਯਸ਼ਵਾਨਾ ਬੈਕ ਫਿਰ ਤੁਹਾਨੂੰ ਖੁਸ਼ੀ ਮਿਲਦੀ ਆ ਕਹਿੰਦੇ ਸਾਡੀਆਂ ਡਾਇਮੈਂਸ਼ਨਸ ਕ੍ਰੈਂਪ ਉਨੀਆਂ ਹੋ ਜਾਂਦੀਆਂ ਉਨੀਆਂ ਵੱਡੀਆਂ ਹੋ ਜਾਂਦੀਆਂ ਕਹਿੰਦੇ ਜਦ ਮੈਂ ਧਰਤੀ 'ਤੇ ਤੋਂ ਚੰਨ 'ਤੇ ਗਿਆ ਨਾ ਤੇ ਮੈਂ ਆਪਣੀ ਧਰਤੀ ਦੇਖੀ ਮੈਨੂੰ ਆਪਣਾ ਪਿੰਡ ਵੀ ਭੁੱਲ ਗਿਆ ਮੈਂ ਕਿਹਾ ਹਾਏ ਮੇਰੀ ਧਰਤੀ ਇਹ ਸਾਡਾ ਅੰਦਰ ਹੀ ਆ ਅਸੀਂ ਅੰਦਰੋਂ ਕਿਸ ਤਰ੍ਹਾਂ ਘਰ ਕਿੱਥੇ ਅਸੀਂ ਮਹਿਸੂਸ ਕਰਦੇ ਹਾਂ ਜਿੱਥੇ ਤੁਹਾਨੂੰ ਆਪਣੇ ਮਿਲ ਜਾਣ ਸਾਰੀ ਦੁਨੀਆ ਫਿਰ ਤੁਹਾਨੂੰ ਉਹ ਉਹੋ ਜਿਹਾ ਹੀ ਲੱਗਣ ਲੱਗ ਪੈਂਦਾ ਹੈ ਇੱਕ ਨਾ ਕਮਲ ਭਾਜੀ ਦੱਸੋ ਕਿ ਤੁਸੀਂ ਹਰ ਗੀਤ ਦੇ ਮੂਹਰੇ ਬੜੀ ਸੋਹਣੀ ਭੂਮਿਕਾ ਬੰਨਦੇ ਹੋ ਤੁਹਾਡੇ ਹਰ ਗੀਤ ਦੇ ਮੂਹਰੇ ਸ਼ੇਅਰ ਹੁੰਦਾ ਤਾਂ ਉਦਾਹਰਨਾਂ ਹੁੰਦੀਆਂ ਕਈ ਆਪਣੇ ਪਿੰਡ ਤੋਂ ਲੈ ਕੇ ਜੀਵਨ ਜਾਚ ਦੁਨੀਆ ਦੇ ਵਿੱਚ ਜਿਵੇਂ ਤੁਸੀਂ ਹੁਣ ਵੀ ਦੱਸ ਰਹੇ ਹੋ ਕਿ ਕਿਸ ਤਰੀਕੇ ਨਾਲ ਚੰਦ ਦੀ ਉਦਾਹਰਨ ਦਿੱਤੀ ਕਿਵੇਂ ਨੀਲ ਆਰਮਸਟਰਾਂਗ ਨੇ ਪੈਰ ਰੱਖਿਆ ਕੀ ਕੁਛ ਪਿਆ ਹਨਾ ਮੈਨੂੰ ਨਾਂ ਨਹੀਂ ਯਾਦ ਸੀ ਮੈਨੂੰ ਯਾਦ ਨਹੀਂ ਸੀਗਾ ਮੈਂ ਉਸ ਮਰ ਜਾ ਦਿਮਾਗ ਤੇ ਜ਼ੋਰ ਵੀ ਪਾਇਆ ਫਿਰ ਮੈਂ ਕਿਹਾ ਜਦੋਂ ਸਾਇੰਟਿਸਟ ਗਏ ਉਹਨੇ ਮੈਂ ਕਵਰ ਕਰ ਲਿਆ ਇਹ ਤੁਸੀਂ ਬਹੁਤ ਪੜ੍ਹਦੇ ਆ ਹਨਾ ਇਹ ਤੁਸੀਂ ਜਿਹੜਾ ਉਹ ਸਾਰਾ ਕੁਝ ਇਹ ਮਹੀਨੇ ਦੇ ਵਿੱਚ ਹਫ਼ਤੇ ਦੇ ਵਿੱਚ ਚਾਰ ਦਿਨਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਪੜ੍ਹ ਲੈਂਦੇ ਕੋਈ ਵੱਧਾ ਰੁੱਧਾ ਨਹੀਂ ਹੈਗਾ ਕੰਮ ਕਿਸੇ ਵੇਲੇ ਜਿਸ ਤਰ੍ਹਾਂ ਚੰਗਾ ਲੱਗ ਗਿਆ ਹੁਣ ਤਾਂ ਫੋਨ 'ਚ ਆ ਗਿਆ ਸਾਰਾ ਕੁਛ ਮੈਂ ਫੋਨ 'ਚ ਨਾਲ ਪੀ ਡੀ ਐਫ ਕਈ ਵਾਰੀ ਸੰਗਤਾਰ ਭਾਜੀ ਮੰਗਵਾਉਂਦੇ ਆ ਪਾਕਿਸਤਾਨ ਉਰਦੂ ਵੀ ਜ਼ਬਾਨ ਬਹੁਤ ਅੱਛੇ ਤਰੀਕੇ ਨਾਲ ਪੜ੍ਹਦੇ ਆ ਤੇ ਉਹ ਪਾਕਿਸਤਾਨ ਤੋਂ ਵੀ ਕਿਤਾਬਾਂ ਉਹਨਾਂ ਦੀਆਂ ਆਉਣੀਆਂ ਆ ਉੱਥੋਂ ਵੀ ਤੇ ਫਿਰ ਉਹ ਮੈਨੂੰ ਸਕੈਨ ਕਰਕੇ ਫਿਰ ਸਾਰੀ ਕਿਤਾਬ ਪੀ ਡੀ ਐਫ ਬਣਾਉਂਦੇ ਆ ਮੈਂ ਫੋਨ 'ਚ ਹੀ ਪੜ੍ਹਦਾ ਆ ਉਹ ਫਿਰ ਅਟੈਚੀ ਭਰ ਕੇ ਦੀਪਕ ਭਾਜੀ ਬਾਲੀ ਲੈ ਕੇ ਗਏ ਸੀ ਉਹਨਾਂ ਲਈ
ਤੇ ਉਹਨਾਂ ਨੇ ਹੁਣ ਸਕੈਨ ਕਰਕੇ ਮੈਨੂੰ PDF ਭੇਜ ਦਿੰਦੇ, ਮੈਂ ਫਿਰ ਜਾਂਦਾ ਆਉਂਦਾ ਵੀ ਪੜ੍ਹੀ ਜਾਂਦਾ। ਅੱਗੇ ਹੁੰਦੀਆਂ ਸੀ ਕਿਤਾਬਾਂ ਹੁੰਦੀਆਂ ਸੀਗੀਆਂ, ਹੁਣ ਸੌਖਾ ਬਹੁਤ ਹੋ ਗਿਆ, ਤੁਸੀਂ ਇੱਕ ਲਫ਼ਜ਼ ਵੀ ਪੜ੍ਹ ਲਓ, ਕਈ ਵਾਰੀ ਇੱਕ ਚੀਜ਼ ਯਾਦ ਕਰ ਲਈ ਤੇ ਉਹ ਤੁਹਾਨੂੰ ਫਿਰ ਉਹਨੂੰ ਫਿਰ ਰਿਪੀਟ ਕਰੀ ਜਾਣਾ ਚੀਜ਼ ਨੂੰ। ਪ੍ਰੋਜ਼ ਵੀ ਮੈਂ ਯਾਦ ਹੀ, ਪ੍ਰੋਜ਼ ਵੀ ਜਿਹੜੀ ਮੈਂ ਪੜ੍ਹਦਾ ਮੈਂ ਉਹਨੂੰ ਯਾਦ ਕਰਦਾ, ਪੜ੍ਹਦਾ ਨਹੀਂ ਮੈਂ ਉਹਨੂੰ, ਕਿ ਮੈਂ ਨਾਵਲ ਲਗਾ ਦਿੱਤਾ, ਫਿਰ ਉਹਨੂੰ ਯਾਦ ਕਰ ਲੈਣਾ। ਇੰਗਲਿਸ਼ ਵੀ ਚਾਹੇ ਮੈਂ ਕੋਈ ਪੜ੍ਹਿਆ ਆ ਉਹਨੂੰ ਮੈਂ ਯਾਦ ਕਰ ਲੈਣਾ ਚੀਜ਼ ਨੂੰ, ਅੱਛਾ ਫਿਰ ਕੀ ਕਿਹਾ ਸ਼ੇਕਸਪੀਅਰ ਨੇ ਉੱਥੇ, ਹਨਾ ਵੀ ਇੱਕ ਡ੍ਰੌਪ ਬਲੱਡ ਦਾ ਨਹੀਂ ਚਾਹੀਦਾ, ਤੂੰ ਫਲੈਸ਼ ਲੈ ਲੈ ਮੇਰੇ ਤੋਂ ਇੱਕ ਕਿਲੋ, ਹਨਾ ਪਾਊਂਡ, ਨਾਟ ਅ ਡ੍ਰੌਪ ਆਫ ਬਲੱਡ, ਉਹ ਮੈਂ ਯਾਦ ਫਿਰ ਕਰਦਾ ਉਹਨਾਂ ਨੂੰ ਬਾਰ ਬਾਰ, ਫਿਰ ਉਹ ਚੰਗਾ ਲੱਗਦਾ ਹੈ। ਵਾਹ, ਦੇਖੋ ਕਿੰਨੀ ਵਧੀਆ ਗੱਲ ਹੈ। ਜਿਵੇਂ ਉਸ ਦਿਨ ਵਾਰਿਸ ਭਾਜੀ ਵੀ ਦੱਸ ਰਹੇ ਸੀ ਕਿ ਤੁਹਾਡੇ ਪਿਤਾ ਜੀ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਪੜ੍ਹਨ ਲਿਖਣ ਦਾ, ਕਿਤੇ ਨਾ ਕਿਤੇ ਤਾਂ ਆਉਂਦਾ ਹੀ ਹੈ ਨਾ, ਜੀਨਸ ਹੁੰਦੇ ਆ। ਮੈਂ ਉਹੀ ਕਹਿਣ ਲੱਗੀ ਸੀ ਵੀ ਜੀਨਸ ਕਿੰਨਾ ਜ਼ਿਆਦਾ ਮੈਟਰ ਕਰਦੇ ਨੇ, ਤੇ ਮੈਨੂੰ ਲੱਗਦਾ ਵੀ ਇਹ ਸਾਨੂੰ ਲੋਕਾਂ ਨੂੰ ਇਸ ਚੀਜ਼ ਤੋਂ ਸਿੱਖਿਆ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ। ਕੁਝ ਨਹੀਂ ਸਿੱਖਣ ਦੀ ਲੋੜ ਨਹੀਂ, ਮਤਲਬ ਜਿਹੜਾ ਜਿਹੜੀ ਨਾ ਖਲੀਲ ਜਬਰਾਨ ਇੱਕ ਬਹੁਤ ਮਹਾਨ ਹੋਇਆ ਫਿਲਾਸਫਰ, ਉਹਨਾਂ ਨੇ ਗੱਲ ਆਖੀ, ਕਹਿੰਦੇ ਜਿਹੜਾ ਬੰਦੇ ਦੇ ਜਿਸਮ 'ਚ ਹੁੰਦੀ ਚੀਜ਼ ਉਹ ਤੁਹਾਨੂੰ ਆਪ ਉਹਦੇ ਵੱਲ ਲੈ ਜਾਏਗੀ, ਸਿੱਖੇ ਤਾਂ ਫਿਰ ਆਉਂਦਾ ਨਹੀਂ ਕੁਛ ਵੀ ਕਿਸੇ ਚੀਜ਼ ਨੂੰ ਤੁਸੀਂ, ਕਿ ਹਰ ਇੱਕ ਚੀਜ਼ ਨਾ ਆਪਣੇ ਮਰਕਜ਼ ਵੱਲ ਨੂੰ ਜਾਂਦੀ ਆ, ਆਪਣੇ ਕੇਂਦਰ ਵੱਲ ਨੂੰ ਜਾਂਦੀ ਆ। ਹੁਸਨ ਮਾਇਲੇ ਪਰਵਾਜ਼ ਤਾਂ ਆਪਣੀ ਮਰਕਜ਼ ਕੀ ਤਰਫ਼ ਬੜਾ ਕੇ ਹੱਥ ਰੋਕ ਲਿਆ ਤੇਰੀ ਅੰਗੜਾਈ ਨੇ, ਕਹਿੰਦੇ ਨਾ ਉੱਪਰ ਖੁਦਾ ਦੀ ਦੇਣ ਆ, ਉੱਪਰ ਨੂੰ ਉੜ ਚੱਲਿਆ ਸੀ, ਕਹਿੰਦੇ ਹੁਸਨ ਤੇਰੇ ਸੀਨੇ 'ਚੋਂ ਤੂੰ ਅੰਗੜਾਈ ਲੈ ਕੇ ਫਿਰ ਉਹਨੂੰ ਖਿੱਚ ਕੇ ਜਿਸਮ 'ਚ ਪਾ ਲਿਆ, ਬੱਚਾ ਰੋਏਗਾ ਤੇ ਮਾਂ ਵੱਲ ਨੂੰ ਜਾਏਗਾ, ਉਹਨੂੰ ਕਹਿੰਦੇ ਥੋੜ੍ਹਾ ਵਾ ਰੋ ਗਿਆ ਜਦੋਂ ਉੱਧਰ ਨੂੰ ਜਾਣਾ, ਉਹਨੂੰ ਥੋੜ੍ਹਾ ਉਹ ਤਾਂ ਆਪਣੇ ਆਪ ਹੋ ਰਿਹਾ, ਪਾਣੀ ਡੋਲੋਗੇ ਤਾਂ ਚੱਲ ਉੱਧਰ ਨੂੰ ਡੰਡਾ ਥੋੜ੍ਹਾ ਉਹਦੇ ਮਾਰਦੇ, ਹਨਾ ਚੱਲਦਾ ਉੱਧਰ ਨੂੰ ਕਿ ਜਾਂਦਾ ਕਿ ਨਹੀਂ, ਹਨਾ ਉਹ ਆਪਣੇ ਆਪ ਨਵਾਉਣ ਵੱਲ ਨੂੰ, ਹਜ਼ਾਰਾਂ ਸਾਲਾਂ ਬਾਅਦ ਵੀ ਹੜ੍ਹ ਆਉਂਦੇ ਤਾਂ ਉਹ ਆਪਣਾ ਰਸਤਾ ਲੱਭ ਲੈਂਦੇ ਆ। ਮੇਰਾ ਖਿਆਲ ਆਰਟ ਵੀ ਇਸੇ ਤਰ੍ਹਾਂ ਹੈਗਾ ਆ, ਉਹ ਤੁਹਾਨੂੰ ਆਪਣੇ ਆਪ ਖਿੱਚ ਕੇ ਮੱਲੋ ਮੱਲੀ ਲੈ ਜਾਏਗਾ, ਤੁਹਾਨੂੰ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ। ਇੱਕ ਉਰਦੂ ਦਾ ਸ਼ੇਰ ਹੈ, ਮੇਰੀ ਅੱਧੀ ਲਾਈਨ ਦਿਮਾਗ ਚੋਂ ਨਿਕਲ ਗਈ, ਉਹ ਕਹਿੰਦਾ ਮੈਂ ਦਿਲ ਨੂੰ ਬਹੁਤ ਪਿਆਰ ਦੇ ਨਾਲ 100 ਗੱਲਾਂ ਕਰਕੇ ਕੂਏ ਜਾਣਾ ਸੇ ਲਾਏ, ਦਿਲ ਕੋ ਉਹਦੀ ਗਲੀ ਚੋਂ ਲਾਏ, ਦਿਲ ਹਮੇ ਸਮਝਾ ਬਜਾ ਕਰ ਕੂਏ ਜਾਣਾ ਲੈ ਚਲਾ, ਕਹਿੰਦਾ ਦਿਲ ਨੇ ਮੇਰੇ ਨਾਲ ਇੱਦਾਂ ਦੀਆਂ ਗੱਲਾਂ ਕੀਤੀਆਂ, ਮੈਂ ਹੁਣ ਉਹਨੂੰ ਫਿਰ ਤੁਰਿਆ ਆ ਯਾਰ ਦੀ ਗਲੀ ਵੱਲ ਨੂੰ। ਸੋ ਕਿਹੜੀ ਚੀਜ਼ ਭਾਰੂਗਾ ਤੁਹਾਡੇ ਤੇ, ਉਹ ਚੀਜ਼ ਤੁਹਾਨੂੰ ਉਧਰ ਨੂੰ ਖਿੱਚ ਕੇ ਲੈ ਜਾਏਗੀ, ਆਪਣੇ ਆਪ ਲੈ ਜਾਏਗੀ। ਦੱਸੇ ਤੇ ਕੋਈ ਕਰਦਾ ਤਾਂ ਹੈ ਨੀ, ਦੇਖੋ ਬਈ ਤੁਸੀਂ ਇੱਦਾਂ ਕਰਨਾ, ਮਾਸਟਰ ਕਹੀ ਜਾਂਦੇ ਆ ਬੱਚੇ, ਉਹ ਰੌਲਾ ਨਹੀਂ ਪਾਉਣਾ, ਹੁਣ ਛੁੱਟੀ ਹੋਣੀ ਹੈ ਤੁਹਾਨੂੰ ਛੁੱਟੀ, ਨਿਆਣੇ ਹਨਾ ਇੱਦਾਂ ਨੀ ਹੁੰਦੀ ਹਨਾ, ਹੌਲੀ ਹੌਲੀ ਜਾਣਾ ਨਹੀਂ ਤਾਂ ਬਹੁਤ ਬਜੰਤਰ ਹੋਊਗਾ, ਅੱਜ ਦੇਖ ਲਿਓ ਤੁਸੀਂ, ਬਸ ਕਿਸੇ ਨੇ ਕੰਧ ਟੱਪ ਕੇ ਨਹੀਂ ਜਾਣਾ, ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ। ਮੈਂ ਦੇਖ ਚੇਤਾ ਮੈਨੂੰ ਸਕੂਲ ਦਾ ਹਨਾ, ਤੇ ਉਹ ਕੋਈ ਨੀ ਸਿੱਖਦਾ, ਅਸੀਂ ਨੀ ਕੋਈ ਵੀ ਸਿੱਖਿਆ ਦਿੰਦੇ, ਬਸ ਆਪਣੇ ਦਿਲ ਨੂੰ ਫੋਲੋ ਕਰੋ, ਦੋ ਰਸਤੇ ਵਾਹਿਗੁਰੂ ਦਿਖਾਉਂਦਾ, ਆਪ ਚੰਗਾ ਚੁਣ ਲਓ। ਭਾਜੀ ਜਿਹੜੇ ਤੁਹਾਡੇ ਬਹੁ ਗਿਣਤੀ ਗੀਤ ਆ ਨਾ, ਉਹ ਸਮਾਜਿਕ ਸਰੋਕਾਰਾਂ ਦੇ ਨਾਲ ਸੰਬੰਧਿਤ ਵੀ ਆ। ਅਸੀਂ ਨਾ ਇਸ ਗੱਲ ਦੇ ਬੜੇ ਮੁਰੀਦ ਆ ਕਿ ਜਦੋਂ ਤੁਸੀਂ ਵਪਾਰਕ ਜਿਹਨੂੰ ਕਮਰਸ਼ੀਅਲ ਕਹਿ ਦਿੰਦੇ ਆ ਵੀ ਆਹ ਗਾਣਾ ਜਿਹੜਾ ਇਹ ਕੈਚੀ ਆ, ਜਿਹੜੇ ਅੱਜ ਕੱਲ ਤਾਂ ਨਵੇਂ ਨਵੇਂ ਸ਼ਬਦ ਚੱਲੇ ਕੈਚੀ ਗਾਣਾ, ਕਿਹੜਾ ਇਨ ਟ੍ਰੈਂਡ, ਆਹ ਹੀ, ਤੇ ਇਹ ਜਿਹੜੀਆਂ ਗੱਲਾਂ ਨਾ ਉਹ ਫਿਰ ਵੀ ਮੈਂ ਸੋਚਦਾ ਕਿ ਜਿਹੜੇ ਤੁਹਾਡੇ ਹਰ ਗੀਤ ਦੇ ਵਿੱਚ ਨਾ ਇੱਕ ਵੱਖਰਤਾ, ਹਾਂਜੀ, ਉਹਦੀ ਸ਼ਬਦ ਚੋਣ ਆ, ਸ਼ਬਦ ਘਾੜਤ ਆ ਜਿਹੜੀ ਉਹਦੀ ਬਲਹਾਰੇ ਜਾਣ ਨੂੰ ਜੀ ਕਰਦਾ। ਜਦੋਂ ਤੁਸੀਂ ਗਾਉਂਦੇ ਆ ਵੀ ਕੰਡਿਆਂ ਦਾ ਕੀ ਦੋਸ਼, ਦੋਸ਼ ਦਾ ਤੁਰਨੇ ਵਾਲੇ ਦਾ, ਮੰਗਲ ਹਠੂਰ, ਹਾਂ ਮੰਗਲ, ਹੋਰ ਵੀ ਬੜੇ ਗੀਤ ਆ ਹਨਾ, ਤੁਸੀਂ ਕਿੰਨੇ ਗਾਏ ਆ ਜਿਹੜੇ ਉਹ ਗੋਗੇ ਹੋਰਾਂ ਦੇ, ਜਿਹੜੇ ਉਹ ਪਾਕਿਸਤਾਨ ਦਾ ਜਿਹੜਾ ਮੁੰਡਾ ਮੁਸ਼ਤਾਕ, ਹਾਂਜੀ ਮੁਸ਼ਤਾਕ ਗੋਗਾ। ਸੋ ਜਦੋਂ ਤੁਸੀਂ ਇਹ ਗੀਤ ਗਾਉਂਦੇ ਆ, ਗੀਤ ਦੀ ਚੋਣ ਕਰਦੇ ਆ, ਤੁਹਾਡੇ ਗੀਤ ਸੁਣ ਕੇ ਵੀ ਇਹ ਪਤਾ ਲੱਗਦਾ ਵੀ ਕਿੰਨੀ ਮੇਰੇ ਖਿਆਲ ਤੋਂ ਛਾਣਨਾ ਬਹੁਤ ਤਕੜਾ ਲਾਉਂਦੇ ਆ। ਹਾਂਜੀ, 100ਾਂ ਦੇ ਵਿੱਚੋਂ ਕੁਝ ਗੀਤ ਚੁਣਦੇ ਹੋਵੋਗੇ, ਹਜ਼ਾਰਾਂ ਦੇ ਵਿੱਚੋਂ, ਇਹ ਗੀਤ ਚੋਣ ਦੇ ਵੱਲ ਤਿੰਨੇ ਭਰਾ ਬੈਠ ਕੇ ਖਿਆਲ ਕਰਦੇ ਹੋ ਜਾਂ ਕੁਝ ਹੋਰ ਇਹਦੇ ਲਈ? ਕਈ ਵਾਰੀ ਇਕੱਲੇ ਇਕੱਲੇ ਦਾ ਸਾਡਾ ਵਿਚਾਰ ਹੁੰਦਾ, ਕਹਿਣਾ ਕਿ ਇੱਕ ਯਾਰ ਮੈਂ ਚੀਜ਼ ਸੁਣੀ ਸੀਗੀ, ਇੱਕ ਮੈਂ ਤੁਹਾਨੂੰ ਦੱਸਦਾ ਕਿ ਮੈਂ ਸ਼ਿਵ ਕੁਮਾਰ ਬਟਾਲਵੀ ਹੋਰਾਂ ਨੂੰ ਬਹੁਤ ਜ਼ਿਆਦਾ ਸ਼ਿੱਦਤ ਨਾਲ ਪੜ੍ਹਿਆ, ਅਤੇ ਅਸੀਂ ਆਸਟ੍ਰੇਲੀਆ ਦੇ ਸ਼ੋਅ ਕਰਨ ਗਏ ਸੀਗੇ, ਅਤੇ ਆਸਟ੍ਰੇਲੀਆ ਦੇ ਸ਼ੋਅ ਕਰਨ ਗਏ ਸੀਗੇ, ਅਤੇ ਉੱਥੇ ਨਾ ਮੈਂ ਗਾਉਂਦੇ ਗਾਉਂਦੇ ਨੇ ਨਾ ਵੈਸੇ ਹੀ ਮੇਰੇ ਮਨ 'ਚ ਆ ਗਿਆ, ਕੋਈ ਤਰਜ ਨਹੀਂ ਉਹਦੀ ਬਣੀ ਸੀਗੀ, ਅਤੇ ਉਹ ਚਾਂਦੀ ਦੀਆਂ ਗੋਲੀਆਂ ਇੱਕ ਉਹਨਾਂ ਦੀ ਪੋਮ ਆ, ਬਹੁਤ ਲੰਬੀ ਪੋਮ ਆ ਪੋਮ ਤਾਂ, ਅਤੇ ਮੇਰੇ ਕੁਛ ਉੱਦਾਂ ਹੀ ਮਨ ਦੇ ਵਿੱਚ ਆਇਆ, ਅਤੇ ਮੈਂ ਨਾ ਉੱਦਾਂ ਹੀ ਪੋਮ ਪੜ੍ਹ ਦਿੱਤੀ, ਅਤੇ ਭਾਜੀ ਪਿੱਛੇ ਖੜ੍ਹੇ ਸੀਗੇ, ਕਹਿੰਦੇ ਮੈਂ ਸੁਰਜੀਤ ਪਾਤਰ ਸਾਹਿਬ ਹੋਣਾ ਨੂੰ ਵੀ ਗਾਇਆ, ਮੈਂ ਹੋਰ ਵੀ, ਤੂੰ ਇੱਦਾਂ ਦੀ ਕੋਈ ਚੀਜ਼ ਨਹੀਂ ਗਾਈ ਆ ਜਿਹੜੀ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਤੂੰ ਚੀਜ਼ ਅੱਜ ਬੋਲੀ ਸੀਗੀ ਨਾ, ਇਹ ਤੂੰ ਪੰਜਾਬੀ ਵਿਰਸੇ 'ਚ ਐਤਕੀ ਬੋਲਦੇ। ਉਹ ਕਹਿ ਕੇ ਉਹ ਮੇਰੇ ਤੋਂ ਬਾਅਦ ਉਹਨਾਂ ਨੇ ਗਾਣਾ ਸੀ, ਉਹ ਪਿੱਛੇ ਉਹ ਮੈਨੂੰ ਹਮੇਸ਼ਾ ਸੁਣਦੇ ਹੁੰਦੇ ਪਿੱਛੇ ਖੜ੍ਹ ਕੇ, ਮੇਰੀ ਜਦ ਵਾਰੀ ਖਤਮ ਹੋ ਜਾਂਦੀ ਮੈਂ ਹੋਟਲ ਚਲਾ ਜਾਂਦਾ, ਮੈਂ ਉਹਨਾਂ ਨੂੰ ਕਦੇ ਸੁਣਿਆ ਨਹੀਂ।
ਸ਼ਾਇਦ ਇਸੇ ਕਰਕੇ ਨਹੀਂ ਮੇਰੇ ਤੋਂ ਉਹਨਾਂ ਵਰਗਾ ਗਾ ਹੁੰਦਾ, ਉਹ ਮੈਨੂੰ ਹਮੇਸ਼ਾ ਸੁਣਦੇ ਆ, ਖੜ ਕੇ ਸੁਣਨਾ ਉਹਨੇ ਮੇਰੀ ਸ਼ੁਰੂ ਤੋਂ ਪਰਫੋਰਮੈਂਸ ਲੈ ਕੇ, ਉਹਨਾਂ ਨੇ ਐਂਡ ਤੱਕ ਮੇਰੀ ਪਰਫੋਰਮੈਂਸ ਖੜ ਕੇ ਦੇਖਣੀ ਆ ਪਹਿਲਾਂ ਤੋਂ ਹੀ। ਅਤੇ ਫਿਰ ਪਹਿਲਾਂ ਉਹਨਾਂ ਨੇ ਚਾਦਰਾ ਲਾ ਲੈਣਾ ਜਿਸ ਵੇਲੇ ਅਸੀਂ ਪੰਜਾਬੀ ਵਿਰਸਾ ਕਰਦੇ, ਉਹਨਾਂ ਨੇ ਇਸ ਤਰ੍ਹਾਂ ਕਰੀ ਜਾਣ ਬੈਠ, ਕਿਉਂਕਿ ਪਿੱਛੇ ਸਾਡੇ ਕੋਈ ਸਾਡਾ ਬਹੁਤ ਜ਼ਿਆਦਾ ਇੱਕ ਪ੍ਰੋਟੋਕੋਲ ਦੇ ਵਿੱਚ ਬੱਝੀ ਚੀਜ਼ ਹੁੰਦੀ, ਐਵੇਂ ਨਹੀਂ ਕੋਈ ਘੁੰਮੀ ਜਾਂਦੇ ਪਿੱਛੇ ਬੈਕ ਸਟੇਜ ਜੀ, ਪਿੱਛੇ ਦਾਰੂਆਂ ਚੱਲੀ ਜਾਣੀ, ਇੱਦਾਂ ਨਹੀਂ ਸਾਡੇ। ਅਸੀਂ ਇੱਕ ਉਸ ਚੀਜ਼ ਨੂੰ ਮਿੱਥ ਕੇ ਕਰਦੇ ਹਾਂ ਕਿ ਇੰਨੇ ਹੀ ਬੰਦੇ ਉੱਥੇ ਮੌਜੂਦ ਹੋਣੇ ਚਾਹੀਦੇ ਆ, ਔਰ ਜਿਹੜੇ ਸ਼ੋਅ ਕਰਵਾਉਣ ਵਾਲੇ ਵੀ ਆ ਸਾਡੇ ਵਰਲਡ ਵਾਈਡ, ਉਹ ਸਾਡੇ ਪ੍ਰੇਮੀ ਆ ਸੱਜਣ, ਉਹ ਜੋੜੇ ਆ ਅਸੀਂ ਨਾਲ, ਉਹ ਸਾਡਾ ਪਰਿਵਾਰ ਹੀ ਆ ਬਣ ਗਿਆ। ਸੋ ਅਸੀਂ ਉੱਥੇ ਵੀਰ ਜੀ ਖੜੇ ਹੁੰਦੇ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੇਖੀ ਜਾਣਾ, ਉਹਨਾਂ ਨੇ ਕਹਿਣਾ ਯਾਰ ਉਹ ਜਿਹੜੀ ਤੂੰ ਇੱਕ ਸਰਗਮ ਲਈ ਸੀ ਨਾ ਫਲਾਨੇ ਗੀਤ 'ਚ, ਉਹ ਨਹੀਂ ਠੀਕ ਲੱਗਦੀ, ਉਹਦੇ 'ਚ ਰਹਿਣੇ ਦਿਆ ਘਰ ਤੋਂ, ਉਹ ਫਲਾਨੀ ਚੀਜ਼ ਜਿਹੜੀ ਕੀਤੀ ਸੀ ਯਾਰ ਉਹ ਬਹੁਤ ਚੰਗੀ ਸੀਗੀ। ਉਹ ਅਸੀਂ ਫੇਸਬੁੱਕ, ਸੁਖਪਾਲ ਨੇ ਮੈਨੂੰ ਵੈਸੇ ਦੋ ਲਾਈਨਾਂ ਦਿੱਤੀਆਂ ਸੀ ਤੇ ਮੈਂ ਟੋਰਾਂਟੋ ਦੇ ਸ਼ੋਅ ਦੇ ਵਿੱਚ ਗਾਈ, ਵੈਸੇ ਮੇਰੇ ਮਨ 'ਚ ਆ ਗਿਆ, ਤਰਜ ਵੀ ਸ਼ਾਇਦ ਇੱਥੇ ਹੀ ਗਾਈ ਸੀ ਮੈਂ ਰਾਤੀ ਉਹਦੀ, ਉਦਾਂ ਹੀ ਮੈਂ ਕੋਈ ਤਰਜ ਉਹਦੀ ਬਣੀ ਨਹੀਂ ਸੀਗੀ, ਮੈਂ ਵੈਸੇ ਹੀ ਲਾਈਨਾਂ ਬੋਲ ਦਿੱਤੀਆਂ। ਤੇ ਭਾਜੀ ਪਿੱਛੇ ਖੜੇ ਸੀ ਹਮੇਸ਼ਾ ਦੀ ਤਰ੍ਹਾਂ, ਮੈਨੂੰ ਕਹਿੰਦੇ ਯਾਰ ਇਹ ਕਦ ਲਿਖੀ ਆ ਸੁਖਪਾਲ ਨੇ। ਮੈਂ ਕਿਹਾ ਭਾਜੀ ਆ ਥੋੜੇ ਦਿਨ ਹੋਏ ਆ ਮੈਨੂੰ ਉਦਾਂ ਫੋਨ ਤੇ ਉਹਨਾਂ ਨੇ ਸੁਣਾਈ ਸੀਗੀ, ਸੁਖਪਾਲ ਔਜਲਾ ਬੜਾ ਬਿਲਕੁਲ ਜ਼ਹੀਨ ਸ਼ਾਇਰ ਆ, ਇਸੇ ਤਰ੍ਹਾਂ ਮੰਗਲ ਹਠੂਰ, ਤੇ ਉਹ ਕਹਿੰਦੇ ਇਹਨੂੰ ਗਾਈ ਨਾ ਹੁਣ ਤੂੰ, ਇਹ ਆਪਾਂ ਵੀਡੀਓ ਕਰਾਂਗੇ, ਉਹ ਕਹਿ ਕੇ ਸਟੇਜ ਤੇ ਚੱਲ ਗਏ। ਮੈਂ ਉਹ ਤੋਂ ਬਾਅਦ ਉਹ ਗਾਈ ਨਹੀਂ ਹੋਰ ਕਿਸੇ ਸ਼ੋਅ 'ਚ, ਫਿਰ ਉਹਦੀ ਆ ਕੇ ਪੰਜਾਬ 'ਚ ਵੀਡੀਓ ਕੀਤੀ। ਸੋ ਇਸ ਤਰ੍ਹਾਂ ਚੋਣ ਹੁੰਦੀ ਹੈ ਤੇ ਇਸ ਗੀਤ ਦੀਆਂ ਸਤਰਾਂ ਹੋ ਜਾਣ। ਭੋਰਾ ਨਹੀਂ ਉਦਾਸੀ ਦੇਖੀ ਸੋਹਣੇ ਮੁੱਖ ਤੇ ਮੈਂ, ਰਾਤੀ ਉਹਦੀ ਫੋਟੋ ਦੇਖੀ ਫੇਸਬੁੱਕ ਤੇ ਮੈਂ ਰਿਕਾਰਡਿੰਗ ਕਰਕੇ ਉਹਦੀ ਆ ਕੇ ਪਹਿਲੇ ਦਿਨੇ ਵਿਆਹ 'ਚ ਗਾਇਆ, ਇੱਥੇ ਹਲੇ ਫੇਸਬੁੱਕ ਆਈ ਨਹੀਂ ਸੀਗੀ, ਮੋਹਰੇ ਬੈਠੇ ਨਾ ਮੈਂ ਪਿਛਾ ਨੂੰ ਕਿਹਾ, ਮੈਂ ਕਿਹਾ ਸੰਦੇਸ਼ ਸਾਡਾ ਗਾਣਾ ਚੱਲ ਹਟਿਆ, ਇਹ ਨਹੀਂ ਚੱਲਣਾ, ਭਾਜੀ ਨੇ ਗਲਤ ਸਲਾਹ ਦੇ ਦਿੱਤੀ। ਮੈਂ ਹੱਸਾਂ ਵੀ, ਮੈਂ ਕਿਹਾ ਮੈਂ ਇੰਨੇ ਪੈਸੇ ਲਾ ਲਏ, ਸੰਦੀਪ ਸ਼ਰਮਾ ਹੋਰੀ ਉਹਦੀ ਵੀਡੀਓ ਕੀਤੀ, ਮੈਂ ਕਿਹਾ ਯਾਰ ਇੰਨੇ ਅਸੀਂ ਪੈਸੇ ਲਾ ਲਏ ਹਨਾ, ਮੈਂ ਕਿਹਾ ਰਾਤੀ ਉਹਦੀ ਯਾਰ ਕੈਂਠੇ ਵਾਲਾ ਹੋਏ ਹਨਾ, ਉਹ ਉਹਨਾਂ ਨੂੰ ਜਾ ਚੜਿਆ। ਮੈਂ ਕਿਹਾ ਜਦ ਨੂੰ ਭਾਜੀ ਫੇਸਬੁੱਕ ਇੱਕਦਮ ਹੀ ਆ ਗਈ ਇੱਥੇ, ਫਿਰ ਉਹ ਗਾਣਾ ਹਿੱਟ ਹੋ ਗਿਆ। ਉਹ ਸਿਰਫ ਸੁਖਪਾਲ ਦੀ ਸੋਚ ਸੀਗੀ, ਉਹਨੂੰ ਮੈਂ ਕੋਈ ਕਿਹਾ ਨੀ ਲਿਖਣ ਨੂੰ ਬਈ ਤੂੰ ਫੇਸਬੁੱਕ ਤੇ ਮੈਨੂੰ ਇੱਕ ਚੀਜ਼ ਕਰਕੇ ਦੇ, ਏਦਾਂ ਦੀ ਕਈ ਵਾਰੀ ਹੁੰਦਾ ਵੀ ਆ ਗੱਲ ਕਿ ਯਾਰ ਇੱਕ ਐਸੀ ਚੀਜ਼ ਮੈਨੂੰ ਚਾਹੀਦੀ ਆ, ਇਹ ਉਹਦਾ ਆਪਣਾ ਹੀ ਖਿਆਲ ਸੀਗਾ। ਸੁਖਪਾਲ ਨੇ ਫੇਸਬੁੱਕ ਵੈਸੇ ਹੀ ਦੋ ਲਾਈਨਾਂ ਸੀ, ਕਿਉਂਕਿ ਅੱਜ ਕੱਲ ਤਾਂ ਆਪਣੇ ਕਲਾਕਾਰ ਤੋਰੀ ਉਸ ਲਈ ਤਾਂ ਪਹਿਲਾਂ ਹੀ ਸਾਰੇ ਨਹੀਂ, ਜਿਹੋ ਜਿਹਾ ਗਾਣਾ ਹਿੱਟ ਹੋ ਜਾਂਦਾ ਨਾ, ਜਿਹੋ ਜਿਹਾ ਗਾਣਾ ਹਿੱਟ ਹੁੰਦਾ ਫਿਰ ਸਾਈ ਫੜਾ ਕੇ ਲਿਖਾਇਆ ਜਾਂਦਾ ਹਨਾ, ਕਰਕੇ ਤਾਂ ਚਾਹੀਦਾ ਆਪਾਂ ਮਸ਼ਹੂਰ ਕਰਤਾ ਹਨਾ, ਚੰਡੀਗੜ੍ਹ ਸਭ ਤੋਂ ਵੱਧ ਅਸੀਂ ਪੰਜਾਬੀਆਂ ਸਿੰਗਰਸ ਨੇ ਮਸ਼ਹੂਰ ਕੀਤਾ, ਉਸ ਤੋਂ ਬਾਅਦ ਬ੍ਰਾਂਡ ਜਿੰਨੇ ਮੋਟਰਸਾਈਕਲਾਂ ਦੇ, ਹਾਂ ਬ੍ਰਾਂਡ ਜਿਨ੍ਹਾਂ ਦੇ ਪਤਾ ਹੀ ਨਹੀਂ ਸੀ ਕਿਤੇ ਪੰਜਾਬ ਦੇ ਵਿੱਚ ਵੀ ਇਹ ਵੀ ਕੋਈ ਬ੍ਰਾਂਡ ਹੁੰਦਾ ਹਨਾ, ਉਹ ਬ੍ਰਾਂਡ ਸਾਰੇ ਅਸੀਂ ਮਸ਼ਹੂਰ ਕੀਤੇ, ਹੁਣ ਉਧਰ ਨੂੰ ਸਾਰੇ ਤੁਰ ਪਏ ਨੇ। ਇੱਕ ਮਿੰਟ ਨਾ ਇਹ ਵੀ ਜਾਣਕਾਰੀ ਦਿਓ ਕਿ ਵਾਰਸ ਭਾਜੀ ਤੁਹਾਡੇ ਪ੍ਰੇਰਨਾ ਸਰੋਤ ਵੀ ਆ, ਤੁਹਾਡੇ ਵੱਡੇ ਵੀਰ ਵੀ ਆ, ਤੁਹਾਡੀ ਹਰ ਗੱਲ ਦੇ ਵਿੱਚ ਉਹਨਾਂ ਦਾ ਪ੍ਰਭਾਵ ਹੁੰਦਾ ਹਨਾ। ਇੱਕ ਮੈਂ ਤੁਹਾਨੂੰ ਇੱਥੇ ਟੋਕਾਂ ਗੱਲ ਦੇ ਵਿੱਚ, ਇੱਕ ਨਾ ਪ੍ਰੋਫੈਸਰ ਮੋਹਨ ਸਿੰਘ ਬਹੁਤ ਵੱਡੇ ਸ਼ਾਇਰ ਹੋਏ, ਬਿਲਕੁਲ ਸਹੀ, ਤੇ ਉਹਨਾਂ ਦੀ ਇੱਕ ਬਹੁਤ ਕੁਝ ਉਹਨਾਂ ਨੇ ਲਿਖਿਆ, ਪਰ ਉਹਨਾਂ ਕਿਤਾਬਾਂ 'ਚ ਉਹਨਾਂ ਦੀ ਇੱਕ ਕਿਤਾਬ ਆ ਸਾਵੇ ਪੱਤਰ, ਬਿਲਕੁਲ ਬਹੁਤ ਕਮਾਲ ਦੀ। ਹਾਂਜੀ, ਉਹ ਜਿੱਥੋਂ ਸਾਵੇ ਪੱਤਰ ਉਹਨਾਂ ਨੇ ਉਹਦਾ ਨਾਮ ਕਿਉਂ ਰੱਖਿਆ, ਉਹਦੇ ਵਿੱਚ ਇੱਕ ਉਹਨਾਂ ਨੇ ਰਵਾਈਆਂ ਬਹੁਤ ਸੋਹਣੀਆਂ ਲਿਖੀਆਂ, ਜਿਸ ਤਰ੍ਹਾਂ ਭਾਈ ਵੀਰ ਸਿੰਘ ਹੋਰਾਂ ਦੀਆਂ ਨਾ ਰਵਾਈਆਂ, ਸਾਬਣ ਲਾਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਕੁੰਭ ਚਾੜ ਰੰਗਣ ਵੀ ਧਰਿਆ ਉਸ ਨਾਲ ਰੰਗ ਵਟਾਇਆ, ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲਹਿੰਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ, ਇਸੇ ਤਰ੍ਹਾਂ ਖੀਓ ਤੱਕਣਾ ਬਾਣ ਤੁਹਾਡੀ ਕੌਣ ਕਹੇ ਤੁਸੀਂ ਤੱਕੋ ਤੱਕੋ ਨਾ, ਇੱਕ ਹੈ ਕਿ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ, ਤੁਸੀਂ ਸਾਰਿਆਂ ਨੇ ਸੁਣੀਆਂ ਪੜ੍ਹੀਆਂ, ਇਹ ਜਿਹੜੀ ਰਵਾਈ ਹੁੰਦੀ ਇਹਦੇ 'ਚ ਚੌਥੀ ਲਾਈਨ ਜੁੜਦੀ ਨਹੀਂ ਹੁੰਦੀ। ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਹੋਰੀ ਵੀ ਰਵਾਈਆਂ ਬਹੁਤ ਲਿਖੀਆਂ, ਤੇ ਉਹਨਾਂ ਨੇ ਸਾਵੇ ਪੱਤਰ ਦੇ ਮੋਹਰੇ ਇੱਕ ਰਵਾਈ ਲਿਖੀ ਹੈ, ਉਹ ਹੈ ਕਿ ਅਸੀਂ ਨਮਾਣੇ ਸਾਵੇ ਪੱਤਰ, ਮਤਲਬ ਹਰੇ ਪੱਤਰ ਜਿਹੜੇ ਡਾਰਕ ਰੰਗ ਦੇ ਹੁੰਦੇ ਉਹਨੂੰ ਸਾਵਾ ਰੰਗ ਕਹਿੰਦੇ ਆ, ਜਿਸ ਤਰ੍ਹਾਂ ਕਣਕ ਪੱਕਣ ਤੋਂ ਪਹਿਲਾਂ ਇੱਕ ਰੰਗ 'ਤੇ ਜਾਂਦੀ ਉਹਨੂੰ ਸਾਵਾ ਰੰਗ ਕਹਿੰਦੇ ਪੰਜਾਬੀ 'ਚ, ਸਾਵੀ ਧਰਤ ਰੰਗਾਈ ਤਾਂ ਕਹਿ ਦਿੰਦੇ ਆ, ਉਹ ਹਰੀ ਕਚੂਰ ਗਾੜੇ ਜਿਸ ਤਰ੍ਹਾਂ ਜਿਹਦੇ 'ਚ ਨਾਈਟ੍ਰੋਜਨ ਫਾਸਫਰਸ ਫੁੱਲ ਹੋ ਜਾਂਦੀ ਉਹਦਾ ਉਹ ਰੰਗ ਬਣਦਾ, ਜਿਹਦੇ 'ਚ ਕਮੀ ਹੋਵੇ ਉਹ ਪੀੜ ਪੜੱਤਣ 'ਚ ਰਹਿੰਦੀ ਹੈ। ਹਾਂ, ਮੈਂ ਅਸੀਂ ਨਿਮਾਣੇ ਸਾਵੇ ਪੱਤਰ ਸਾਨੂੰ ਕੌਣ ਖਿਆਲੇ, ਦੋ ਪਲ ਛਾਂ ਫੁੱਲਾਂ ਦੀ ਸੁੱਤੀ ਸੁੱਤੇ ਜਾਗੇ ਸਾਡੇ ਤਾਲੇ, ਕਿਸਮਤ ਸੋਹਣੇ ਦੇ ਗੁਲਦਸਤੇ ਦੇ ਲਈ ਜਾਣ ਜਦੋਂ ਉਹ ਲੱਗੇ, ਹੁਣ ਤੀਜੀ ਲਾਈਨ ਜੁੜਨੀ ਨੇ,
ਸੋਹਣੇ ਦੇ ਗੁਲਦਸਤੇ ਦੇ ਲਈ ਜਾਣ ਜਦੋਂ ਉਹ ਲੱਗੇ ਖਾ ਕੇ ਤਰਸ ਅਸਾਂ ਤੇ ਵੀ ਉਹ ਲੈ ਗਏ ਸਾਨੂੰ ਨਾਲੇ। ਵਾਹ ਵਾਹ ਕਿਆ ਬਾਤ ਕਿਆ ਬਾਤ ਬਹੁਤ ਕਮਾਲ ਬਹੁਤ ਸਤਿਕਾਰ ਵਾਲੀਆਂ ਇਹ ਸਤਰਾਂ ਬਹੁਤ ਸਮਝਣ ਵਾਲੀਆਂ ਸਤਰਾਂ ਤੇ ਭਾਜੀ ਦੀ ਜਿਹੜੀ ਭਾਵੁਕਤਾ ਨਾ ਮੈਂ ਇਹਨਾਂ ਦੀ ਭਾਵੁਕਤਾ ਦੇ ਇੱਕ ਇੱਕ ਅੰਸ਼ ਨੂੰ ਇੱਕ ਇੱਕ ਪਲ ਨੂੰ ਬਹੁਤ ਨੇੜਿਓਂ ਸਮਝਦਾ। ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ। ਕਮਲ ਭਾਜੀ, ਜਿਵੇਂ ਤੁਸੀਂ ਗਾਇਕੀ ਦੀ ਗੱਲ ਵੀ ਕਰ ਲਈ, ਗੀਤ ਚੋਣ ਦੀ ਗੱਲ ਵੀ ਕਰ ਲਈ, ਪ੍ਰਭਾਵ ਦੀ ਗੱਲ ਵੀ ਕਰ ਲਈ, ਸਾਹਿਤ ਦੀ ਗੱਲ ਵੀ ਕਰ ਲਈ ਤੇ ਕਰ ਵੀ ਰਹੇ ਹੋ, ਸਾਹਿਤ ਦਾ ਪ੍ਰਭਾਵ ਤਾਂ ਤੁਹਾਡੀਆਂ ਗੱਲਾਂ ਚੋਂ ਵੀ ਝਲਕਦਾ ਬਹੁਤ ਸਾਰਾ, ਪਰ ਜਿਹੜਾ ਤੁਹਾਡਾ ਨਾਚ ਗਾਣਾ, ਜੋ ਤੁਸੀਂ ਡਾਂਸ ਕਰਦੇ ਹੋ, ਜੋ ਤੁਸੀਂ ਨੱਚਦੇ ਹੋ, ਉਹਦੇ ਵਿੱਚ ਵੀ ਵੱਖਰਤਾ, ਇਹ ਕੀ ਤੋਂ ਸਿੱਖਿਆ ਹੋਇਆ? ਮੇਰਾ ਤਾਂ ਖਿਆਲ ਕਿਸੇ ਨੂੰ ਸੋਹਣੇ ਲੱਗਣ ਲਈ ਰਿਆਜ਼ਤ ਦੀ ਜ਼ਰੂਰਤ ਨਹੀਂ ਹੈ। ਹੀਰ ਬਹੁਤ ਲੋਕਾਂ ਨੇ ਲਿਖੀ ਹੈ, 22 ਹੈ, 25 ਬੰਦਿਆਂ ਨੇ ਲਿਖਤੀ, ਉਹਨਾਂ 'ਚੋਂ ਇੱਕ ਕਿਸ਼ਨ ਸਿੰਘ ਹੋਰੀ ਵੀ ਹੀਰ ਲਿਖੀ ਹੈ, ਉਹ ਬਹੁਤ ਪਿਆਰੀ ਮੈਨੂੰ ਲੱਗਦੀ ਹੈ। ਉਹਦੀਆਂ ਦੋ ਲਾਈਨਾਂ ਨੇ, ਸਾਦੀ ਸੋਹਣੀ ਲੱਗਦੀ ਬਾਝੋਂ ਹਾਰ ਸ਼ਿੰਗਾਰ, ਸ਼ਕਲ ਹੀਰ ਦੀ ਕਿਸ਼ਨ ਸਿੰਘ ਜਿਉਂ ਨੰਗੀ ਤਲਵਾਰ। ਮੈਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਅਤੇ ਮੈਂ ਮੰਗਲ ਜੀ ਨੂੰ ਕਿਹਾ, ਮੈਂ ਕਿਹਾ ਤੁਸੀਂ ਨਾ ਮੈਨੂੰ, ਕਿਉਂਕਿ ਅਸੀਂ ਬਹੁਤਾ ਜ਼ਿਆਦਾ ਸੋਨਾ ਵਗੈਰਾ, ਅਸੀਂ ਸਾਡਾ ਇੱਕ ਖਾਸ ਹੈਗਾ ਅੰਦਾਜ਼, ਉਹਦੇ ਵਿੱਚ ਹੀ ਅਸੀਂ ਰਹਿੰਦੇ ਹਾਂ, ਅਤੇ ਉਹਨਾਂ ਨੇ ਫਿਰ ਲਿਖਿਆ ਸੀ ਗਾਣਾ ਕਿ ਦਿਲ ਮੇਰਾ ਕੁੱਲੀ ਮਲੰਗਾਂ ਦੀ, ਮੈਨੂੰ ਡਰ ਚੋਰਾਂ ਤੋਂ ਆਉਂਦਾ ਨਾ, ਮੈਂ ਡਰਾਂ ਵੀ ਕਿਉਂ, ਮੈਨੂੰ ਡਰ ਕਾਹਦਾ, ਮੈਂ ਬਹੁਤਾ ਸੋਨਾ ਪਾਉਂਦਾ ਨਾ, ਦੋ ਚੀਜ਼ਾਂ ਦਾ ਮੈਂ ਆਸ਼ਕ ਹਾਂ, ਕੜਾ ਛੱਲਾ ਹੱਥੋਂ ਲਾਉਂਦਾ ਨਾ, ਕੜਾ ਬਖਸ਼ਿਆ ਮੇਰੇ ਬਜ਼ੁਰਗਾਂ ਨੇ, ਮੈਂ ਐਵੇਂ ਗੁੱਟ ਸਜਾਉਂਦਾ ਨਾ, ਇਹ ਛੱਲਾ ਤੇਰੀ ਨਿਸ਼ਾਨੀ ਹੈ, ਮੈਂ ਇਸੇ ਕਰਕੇ ਲਾਉਂਦਾ ਨਾ, ਬੈਠ ਕੇ ਤਰਿੰਜਣਾ 'ਚ ਸੋਹਣੀ ਹੈ, ਕੱਢੇ ਜਦੋਂ ਚਾਦਰ 'ਤੇ ਫੁੱਲ। ਸੋ ਉਹ ਜਿਹੜਾ ਚੀਜ਼ ਮੇਰਾ ਇੱਕ ਸਟਾਈਲ ਆ, ਮੈਂ ਗਾਉਣਾ, ਮੈਂ ਚਿਮਟਾ ਫੜ ਕੇ ਗਾਉਣਾ, ਇਹਦੀ ਵੀ ਇੱਕ ਬੜੀ ਅੱਛੀ ਕਹਾਣੀ ਆ। ਮੇਰੀ ਇੱਕ ਕਮਲੀ ਟੇਪ ਆਈ ਸੀ, ਉਹ ਫਲਾਪ ਹੋ ਗਈ ਸੀਗੀ ਅਤੇ ਉਹਦਾ ਕੋਈ ਨਾਮ ਨਹੀਂ ਬਣਿਆ ਪਹਿਲਾਂ, ਕੋਈ ਕਲਾਕਾਰੀ 'ਚ ਮੇਰਾ ਕੋਈ ਇੱਕ ਵਕਾਰ ਦੇ ਵਿੱਚ ਮੇਰਾ ਕਿਤੇ ਜ਼ਿਕਰ ਨਹੀਂ ਆਇਆ ਅਤੇ ਇੱਕ ਵੱਡੇ ਵੀਰ ਜੀ ਦਾ ਇੱਥੇ ਸ਼ੋਅ ਸੀ PAP ਦੇ ਵਿੱਚ ਅਤੇ ਉੱਥੇ ਅਸੀਂ ਜਾਣਾ ਸੀ ਅਤੇ ਉਹ ਕਹਿੰਦੇ ਕਿ ਯਾਰ ਤੂੰ ਉੱਥੇ ਇੱਕ ਗੀਤ ਗਾ। ਉਹ ਮੈਂ ਕਿਹਾ ਭਾਅ ਜੀ ਮੈਨੂੰ ਉੱਥੇ ਕਹਿੰਦੇ ਸੁਣਨਾ, ਮੈਂ ਤੁਹਾਡੇ ਨਾਲ ਵਜਾ ਦਊਂਗਾ, ਕੀਬੋਰਡ ਵਜਾ ਦਊਂਗਾ, ਮੈਂ ਨਾਲ ਗਾ ਦਊਂਗਾ, ਤੁਸੀਂ ਛੱਡੋ ਪਰੇ। ਜਦ ਉੱਥੇ ਗਏ ਉਹਨਾਂ ਨੇ ਮੈਨੂੰ ਫਿਰ ਕਿਹਾ ਤਾਂ ਸਾਡੇ ਘਰ ਰੇਸ਼ਮ ਸੁੰਨਰ, ਉਹ ਕੁਦਰਤੀ ਤੌਰ 'ਤੇ ਇੱਕ ਚਿਮਟਾ ਲੈ ਕੇ ਆਏ ਸੀ, ਉਹ ਵੀ ਉਹਨਾਂ ਨੂੰ ਸੰਗੀਤ ਦਾ ਸ਼ੌਕ ਆ ਅਤੇ ਉਹ ਚਿਮਟਾ ਅਸੀਂ ਨਾਲ ਲੈ ਗਏ ਅਤੇ ਮੈਂ ਜਦੋਂ ਸਟੇਜ 'ਤੇ ਗਿਆ ਅਤੇ ਸਾਰੇ ਲੋਕ ਉੱਠ ਕੇ ਖੜ੍ਹੇ ਹੋ ਗਏ। ਮੈਂ ਕਿਹਾ ਲਵੇ ਮੈਨੂੰ ਤਾਂ ਇੰਨੇ ਲੋਕ ਖੜ੍ਹੇ ਹੋ ਗਏ ਉੱਠ ਕੇ, ਜਦ ਮੈਂ ਪਿਛਾਂ ਨੂੰ ਮੂੰਹ ਘੁਮਾਇਆ ਤਾਂ ਵਾਰਸ ਭਾਅ ਜੀ ਮੇਰੇ ਮਗਰ ਖੜ੍ਹੇ, ਉਹ ਉੱਦਾਂ ਹੀ ਸਟੇਜ 'ਤੇ ਆ ਗਏ ਕਿ ਇਹਨੂੰ ਇਹ ਠੀਕ ਠਾਕ ਰਹੇ ਅਤੇ ਮੈਂ ਜੀ ਫਿਰ ਚਾਮਲ ਕੇ ਉੱਥੇ ਪੂਰਾ ਗਾਇਆ, ਕਮਲੀ ਗਾਇਆ ਮੈਂ ਅਤੇ ਉਹ ਫਿਰ ਮੈਂ ਕਮਲੀ ਗੀਤ ਜਦੋਂ ਗਾਇਆ ਅਤੇ ਵੱਡੇ ਵੀਰ ਜੀ ਕਹਿੰਦੇ ਯਾਰ ਤੂੰ ਨਾ ਜਿਸ ਤਰ੍ਹਾਂ ਉੱਥੇ ਗਾਇਆ ਸੀ, ਜਿਸ ਤਰ੍ਹਾਂ ਉਹ ਕਹਿੰਦੇ ਹੀ ਆ ਹਮੇਸ਼ਾ, ਤੂੰ ਆਪਣਾ ਇਹ ਸਟਾਈਲ ਤੇਰਾ ਬਹੁਤ, ਮੈਂ ਕਿਹਾ ਮੈਂ ਤਾਂ ਇੱਥੇ ਵਰਕ ਕਰਦਾ ਰਿਹਾ, ਮੈਨੂੰ ਇੰਨਾ ਟਾਈਮ ਹੋ ਗਿਆ ਕਰਦਿਆਂ ਨੂੰ, ਕਹਿੰਦੇ ਤੂੰ ਬਿਲਕੁਲ ਕਾਇਮ ਕੀਤਾ ਉਸ ਚੀਜ਼ ਨੂੰ, ਇਸੇ ਚੀਜ਼ ਨੂੰ ਤੂੰ ਬਰਕਰਾਰ ਆ, ਮੈਨੂੰ ਨਹੀਂ ਪਤਾ, ਉਹਨਾਂ ਦੇ ਐਗਜੈਕਟ ਲਫ਼ਜ਼ ਇਹ ਸੀ, ਮੈਨੂੰ ਨਹੀਂ ਪਤਾ ਤੂੰ ਅੱਜ ਕੀ ਕੀਤਾ, ਪਰ ਜੋ ਤੂੰ ਕੀਤਾ ਮੈਨੂੰ ਚੰਗਾ ਲੱਗਾ, ਲੋਕਾਂ ਨੂੰ ਵੀ ਚੰਗਾ ਲੱਗੂਗਾ। ਤੇ ਕਮਲੀ ਦੀਆਂ ਦੋ ਲਾਈਨਾਂ ਹੋਣੀਆਂ ਚਾਹੀਦੀਆਂ ਨੇ। ਹਾਂ ਚਾਹੀਦੀਆਂ, ਬਿਲਕੁਲ ਚਾਹੀਦੀਆਂ। ਸਾਰੀ ਰਾਤ ਤੜਫਦਿਆਂ ਲੰਘ ਜਾਂਦੀ, ਕਦੀ ਇਸ਼ਕ ਦੇ ਮਾਰੇ ਨਹੀਂ ਸੌਂਦੇ, ਹੱਟ ਕਮਲੀ ਕਮਲੀ ਕਮਲੀ, ਤੇ ਲੋਕੀ ਕਹਿੰਦੇ ਕਮਲੀ ਕਮਲੀ ਕਮਲੀ, ਆਪੇ ਆਪਣੇ ਮਾਰ ਕੇ ਖੰਜਰ ਕਦੇ ਨਾ ਸਹਿਵਾ ਮਰਦੀ, ਇਸ਼ਕ ਨਿਭਾਉਣ ਦੀ ਖਾਤਰ ਸੱਸੀ ਵਿੱਚ ਥਲਾ ਨਾ ਸੜਦੀ, ਜੇ ਨਾ ਹੁੰਦੀ ਕਮਲੀ ਸੋਹਣੀ ਕੱਚੇ ਤੇ ਕਿਉਂ ਤਰਦੀ ਓਏ, ਕਮਲੀ ਕਮਲੀ ਕਮਲੀ, ਤੇ ਲੋਕੀ ਕਹਿੰਦੇ ਕਮਲੀ ਕਮਲੀ ਕਮਲੀ। ਮੈਨੂੰ ਹਾਲੇ ਤੱਕ ਯਾਦ ਹੈ, ਮੈਂ ਤੁਹਾਡਾ ਇਹ ਗਾਣਾ ਜਦੋਂ ਸੁਣਿਆ। ਕਿਸੇ ਵੀ ਕੰਮ ਕਰਨ ਲਈ ਜਨੂਨ ਚਾਹੀਦਾ ਹੈ, ਬਿਲਕੁਲ ਸਹੀ, ਜਨੂਨ ਕਰਨ ਤੋਂ ਬਾਅਦ ਉਹਦੇ ਅੰਦਰ ਪੋਟੈਂਸ਼ੀਅਲ ਚਾਹੀਦਾ ਹੈ, ਕਰਨ ਤੁਰ ਪਵੇ ਪਰ ਕਰਨ ਜੋਗਾ ਨਾ ਹੋਵੇ ਫਿਰ ਵੀ ਕੰਮ ਖਰਾਬ ਆ, ਫਿਰ ਉਸ ਚੀਜ਼ ਨੂੰ ਕਰਨ ਦਾ ਹੌਸਲਾ ਚਾਹੀਦਾ। ਤਿੰਨ ਚੀਜ਼ਾਂ ਖਲੀਲ ਜਬਰਾਨ ਨੇ ਲਿਖੀਆਂ ਕਿਸੇ ਚੀਜ਼ ਨੂੰ ਪੂਰਾ ਹੋਣ ਲਈ, ਜੇ ਉਹਦੇ 'ਚ ਇੱਕ ਚੀਜ਼ ਦੀ ਵੀ ਕਮੀ ਹੋਈ, ਸੋਹਣੀ ਦੇ ਵਿੱਚ ਸਭ ਕੁਛ ਸੀਗਾ ਕਿ ਪੋਟੈਂਸ਼ੀਅਲ ਨਹੀਂ ਸੀਗਾ, ਉਹ ਪਾਰ ਨਹੀਂ ਲੱਗ ਸਕੇ, ਤਿੰਨ ਚੀਜ਼ਾਂ ਹੋਣਗੀਆਂ ਤਾਂ ਕੋਈ ਚੀਜ਼ ਦੀ
ਚੀਜ਼ ਪੂਰੀ ਹੁੰਦੀ ਹੈ। ਵਾਹ ਕੀ ਬਾਤ ਹੈ, ਦੇਖੋ ਇਹ ਨਾ ਇਹ ਗੱਲ ਸਿੱਖਣ ਵਾਲੀ ਹੈ, ਮੈਂ ਨਾ ਵਾਕਈ ਗੱਲਾਂ ਚ ਗਵਾਚ ਗਈ ਆ, ਇੰਨੀਆਂ ਡੂੰਘੀਆਂ ਗੱਲਾਂ, ਵਾਹ ਕੀ ਬਾਤ। ਦੇਖੋ ਗੱਲ ਇਦਾਂ ਹੈ ਕਿ ਜਿਵੇਂ ਮੈਂ ਪਹਿਲਾਂ ਅਖੀਰ ਦੇ ਵਿੱਚ ਕਿਹਾ ਕਿ ਮੈਂ ਗੱਲਾਂ ਚ ਇੰਨਾ ਜ਼ਿਆਦਾ ਗਵਾਚ ਗਈ, ਮੈਂ ਪਹਿਲਾਂ ਅਖੀਰ ਚ ਕਿਹਾ, ਇਸ ਤੋਂ ਪਹਿਲਾਂ ਮਤਲਬ ਵਕਤ ਬੜੀ ਬੜੀ ਪਿਆਰਾ ਇੱਕ ਲਾਈਨ ਹੈਗੀ ਇਹਦੇ ਤੇ ਹੀ, ਤੁਸੀਂ ਕਹਿਣਾ ਕਿ ਹਰੇਕ ਤੇ ਸ਼ੇਰ ਬੋਲੀ ਜਾਂਦਾ ਕਿ ਮੈਂ ਗਵਾਚ ਗਈ, ਉਹ ਹੈ ਕਿ ਉਹ ਇਸ ਤਰ੍ਹਾਂ ਸੇ ਆਜ ਕੁਛ ਪਹਿਲੂ ਨਸ਼ੀ ਰਹੇ, ਪਹਿਲੂ ਨਸ਼ੀ ਮਤਲਬ ਮੇਰੇ ਕੋਲ ਰਹੇ, ਮੇਰੇ ਪਹਿਲੂ ਵੇ ਆਇਆ, ਇਸ ਪਹਿਲੂ ਇਸ ਉਰਦੂ ਦੇ ਵਿੱਚ ਯੂਜ਼ ਕਰ ਲੈਂਦੇ, ਮੇਰੀ ਜ਼ਿੰਦਗੀ ਚ ਆਇਆ ਜਾਂ ਮੇਰੇ ਪਹਿਲੂ ਮੇਰੇ ਬਗਲ ਚ ਆਇਆ, ਉਹ ਇਸ ਤਰ੍ਹਾਂ ਸੇ ਆਜ ਕੁਛ ਪਹਿਲੂ ਨਸ਼ੀ ਰਹੇ, ਜਬ ਤੱਕ ਹਮਾਰੇ ਪਾਸ ਰਹੇ ਹਮ ਨਹੀਂ ਰਹੇ। ਵਾਹ ਕੀ ਬਾਤ ਹੈ, ਸੋ ਅਸੀਂ ਵੀ ਗੱਲਾਂ ਚ ਇੰਨਾ ਗਵਾਚ ਗਏ ਕਿ ਇਹ ਗੱਲਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਕ ਐਪੀਸੋਡ ਦੇ ਵਿੱਚ ਪੂਰੀਆਂ ਕਰ ਸਕਦੇ। ਮੇਰਾ ਖਿਆਲ ਤੁਸੀਂ ਜੇ ਡਰਾਈਵਰ ਮਾੜਾ ਹੋਵੇ ਫੇਰ ਬੰਦਾ ਗਵਾਚਦਾ, ਇਹਦਾ ਮਤਲਬ ਅਸ਼ਵਨੀ ਜੀ ਹੋਰਾਂ ਤੇ ਤੁਸੀਂ ਇਹ ਫੇਰ ਦੁਬਾਰਾ ਵਿਅੰਗ ਕੱਸ ਰਹੇ ਕਿ ਇੰਨਾ ਸਾਨੂੰ ਗੁਮਰਾਹ ਕੀਤਾ ਕਿ ਅਸੀਂ ਗਵਾਚ ਗਏ। ਦੇਖੋ ਹਲੇ ਪੰਜਾਬੀ ਵਿਰਸੇ ਦੀ ਗੱਲ ਪਈ, ਹਲੇ ਕੰਪਨੀ ਦੀ ਗੱਲ ਪਈ, ਹਲੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕਿਵੇਂ ਕਿਵੇਂ ਪਿਆਰ ਮੁਹੱਬਤ ਮਿਲਿਆ ਉਹ ਗੱਲ ਪਈ ਹੈ, ਤੇ ਤਿੰਨਾਂ ਭਰਾਵਾਂ ਦੀ ਸਾਂਝ, ਇਕਜੁੱਟਤਾ, ਇੱਕ ਦੂਜੇ ਦੇ ਪੂਰਕ। ਅਸਲ ਦੇ ਵਿੱਚ ਨਾ ਤਿੰਨ ਕਲਬੂਤ ਹੀ ਆ, ਜਿੰਦ ਇੱਕ ਹੀ ਆ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਕੱਲ ਵਾਲੀ ਕਿਸ਼ਤ ਦੇ ਵਿੱਚ ਕਰਗੇ, ਬਿਲਕੁਲ ਕਰਨੀਆਂ ਨੇ, ਜਿਹੜਾ ਐਪੀਸੋਡ ਨਹੀਂ ਕਹਿਣਾ ਉਹਨੂੰ ਪੰਜਾਬੀ ਚ ਕਹਿਆ ਕਰੋ। ਹਾਂ ਬਿਲਕੁਲ, ਕਿਸ਼ਤ ਕਹਿਣਾ, ਪਰ ਮੈਂ ਕਿਸ਼ਤਾਂ ਉਹ ਵੀ ਹੁੰਦੀਆਂ ਹਨਾ, ਮਰ ਕੇ ਵੇ ਮਾਈਆ ਘਰ ਦੀਆਂ ਕਿਸ਼ਤਾਂ ਲਾਉਂਦੀ। ਬਾਕੀ ਬਾਕੀ ਦੀਆਂ ਗੱਲਾਂ ਬਾਤਾਂ ਅਸੀਂ ਕੱਲ ਜ਼ਰੂਰ ਤੁਹਾਡੇ ਨਾਲ ਕਰਾਂਗੇ, ਫਿਲਹਾਲ ਦੇ ਲਈ ਲਗਾਤਾਰਤਾ ਬਰਕਰਾਰ ਹੈ, ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਉਣੀ ਹੈ ਫੇਸਬੁੱਕ ਦੇ ਜ਼ਰੀਏ ਜਾਂ ਫਿਰ ਯੂਟਿਊਬ ਦੇ ਜ਼ਰੀਏ, ਉੱਥੇ ਜਾ ਕੇ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਸਾਡਾ ਵਟਸਐਪ ਨੰਬਰ ਤੁਹਾਡੇ ਕੋਲ ਆ, ਉੱਥੇ ਜਾ ਕੇ ਵੀ ਆਪਣੇ ਸੁਨੇਹੇ ਸਾਡੇ ਤੇ ਪਹੁੰਚਾ ਸਕਦੇ ਹੋ। ਫਿਲਹਾਲ ਦੇ ਲਈ ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।